ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਅੱਜ ਆਪਾਂ ਗੱਲਬਾਤ ਕਰਾਂਗੇ ਸਰਦਾਰ ਪ੍ਰਭਸ਼ਰਨਦੀਪ ਸਿੰਘ ਹੋਰਾਂ ਨਾਲ, ਜਿਹੜੇ ਕਿ ਦੁਨੀਆ ਦੀ ਪ੍ਰਸਿੱਧ ਯੂਨੀਵਰਸਿਟੀ ਆਕਸਫੋਰਡ ਦੇ ਵਿੱਚ, ਇੰਗਲੈਂਡ ਦੇ ਵਿੱਚ ਧਾਰਮਿਕ ਮਾਮਲਿਆਂ ਦੇ ਬਾਰੇ ਦੇ ਵਿੱਚ PhD ਕਰ ਰਹੇ ਨੇ। ਲੰਮੇ ਸਮੇਂ ਤੋਂ ਉਹ ਸਿੱਖ ਮਸਲਿਆਂ ਦੇ ਉੱਤੇ ਲਿਖਦੇ ਵੀ ਰਹੇ ਨੇ, ਆਪ ਦੇ ਵਿਚਾਰ ਵੀ ਦਿੰਦੇ ਰਹੇ ਨੇ। ਇੱਕ ਨੌਜਵਾਨ ਸਿੱਖ ਚਿੰਤਕ ਵਜੋਂ ਉਹਨਾਂ ਦਾ ਇਸ ਵੇਲੇ ਚੰਗਾ ਨਾਮ ਆ। ਆਓ ਆਪਾਂ ਉਹਨਾਂ ਦੇ ਨਾਲ ਅੱਜ, ਜੋ 30 ਸਾਲ ਹੋ ਚੁੱਕੇ ਨੇ ਸਾਡੇ ਨਾਲ ਬੀਤੇ ਤੀਜੇ ਘੱਲੂਘਾਰੇ ਨੂੰ, ਉਹਨੂੰ ਸੰਬੰਧਿਤ ਗੱਲਾਂ ਬਾਰੇ ਅਤੇ ਉਹਦੇ ਨਾਲ ਜੋ ਹੁਣ ਵੀ ਸਵਾਲ ਜਵਾਬ ਜੁੜੇ ਹੋਏ ਨੇ, ਜੋ ਤੱਥ ਜੁੜੇ ਹੋਏ ਨੇ, ਉਹਨਾਂ ਦੇ ਬਾਰੇ ਇੱਕ ਗੱਲਬਾਤ ਕਰਾਂਗੇ ਅਤੇ ਸਿੱਖ ਨੁਕਤਾ ਨਿਗਾਹ ਤੋਂ ਇਹ ਜਾਣਨ ਦਾ ਯਤਨ ਕਰਾਂਗੇ ਕਿ ਅੱਜ 30 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਉਂ ਵੱਖ-ਵੱਖ ਧਿਰਾਂ ਵੱਲੋਂ ਜਿਹੜੇ ਹਜੇ ਵੀ ਜਿਹੜੇ ਨੇ ਸਵਾਲ ਉਠਾਏ ਜਾ ਰਹੇ ਨੇ, ਮਸਲਾ ਅਜੇ ਵੀ ਕਿਉਂ ਸਾਫ਼ ਅਤੇ ਸਪਸ਼ਟ ਸਾਨੂੰ ਨਜ਼ਰ ਨਹੀਂ ਆਉਂਦਾ, ਖਾਸ ਕਰਕੇ ਸਾਡੀ ਕੌਮ ਨੂੰ। ਅਤੇ ਇਹਨਾਂ ਵਿਸ਼ਿਆਂ ਦੇ ਉੱਤੇ ਇੱਕ ਨੌਜਵਾਨ ਸਿੱਖ ਚਿੰਤਕ ਕਿੱਦਾਂ ਸੋਚਦਾ, ਅਤੇ ਉਹਨਾਂ ਨੇ ਜਾਣੀ ਕਿ ਦੁਨੀਆ ਦੇ ਵੱਖ-ਵੱਖ ਭਾਗਾਂ 'ਚ ਰਹਿੰਦੇ ਆ ਹੁਣ, ਵੱਖ-ਵੱਖ ਹੋਰ ਮੂਵਮੈਂਟਾਂ ਨੂੰ ਜਾਂ ਕਹਿ ਲਓ ਅੰਦੋਲਨਾਂ ਨੂੰ, ਉਹਨਾਂ ਲੋਕਾਂ ਨੂੰ ਜੋ ਸਾਡੇ ਵਰਗੇ ਹਾਲਾਤਾਂ 'ਚੋਂ ਲੰਘਦੇ ਨੇ, ਉਹਨਾਂ ਨੂੰ ਵੇਖਿਆ ਵਾ। ਆਪਾਂ ਉਹਨਾਂ ਦੇ ਜਾਣੀ ਕਿ ਵਿਸ਼ੇ ਦੇ ਵਿੱਚ ਜਿਹੜੇ ਵਿਚਾਰ ਆ ਉਹ ਲੈਣ ਦੇ ਯਤਨ ਕਰਾਂਗੇ। ਸਰਦਾਰ ਪ੍ਰਭਸ਼ਰਨਦੀਪ ਸਿੰਘ ਜੀ, ਤੁਹਾਡਾ ਅਸੀਂ ਕੌਮੀ ਆਵਾਜ਼ ਦੀ ਸਵੇਰ ਦੀ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਸਰਵਰਿੰਦਰ ਸਿੰਘ ਜੀ। ਭਾਈ ਸਾਹਿਬ ਜੀ, ਮੈਨੂੰ ਤਾਂ ਤੁਹਾਡੇ ਬਾਰੇ ਬੇਸਿਕ ਜੀ ਜਾਣਕਾਰੀ ਹੈ ਵੀ ਤੁਸੀਂ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਸਫ਼ਰ ਆ ਇੱਥੇ, ਤੁਸੀਂ ਕਿਸ ਕਿੱਥੇ ਕਿੱਥੇ ਪਹਿਲਾਂ ਰਹੇ, ਕਿਸ ਤਰ੍ਹਾਂ ਕੀ ਯਾਨੀ ਕਿ ਪੜ੍ਹਾਈ ਕੀਤੀ। ਮੈਂ ਚਾਹੂੰਗਾ ਵੀ ਤੁਸੀਂ ਸਰੋਤਿਆਂ ਦੇ ਨਾਲ, ਸਾਡੇ ਯਾਨੀ ਕਿ ਸਰੋਤਾ ਵਰਗ ਦੇ ਨਾਲ ਆਪਦੀ ਜਾਣਕਾਰੀ ਥੋੜ੍ਹੀ ਜਿਹੀ ਉਹਨਾਂ ਬਾਰੇ ਬਰੀਫ 'ਚ ਦੱਸੋ ਜ਼ਰੂਰ, ਵੀ ਤੁਸੀਂ ਕਦੋਂ ਪੰਜਾਬ ਤੋਂ ਗਏ ਹੋ, ਕਿੱਥੇ ਤੁਹਾਡਾ ਜਨਮ ਹੋਇਆ, ਅਤੇ ਕਿਸ ਤਰ੍ਹਾਂ ਤੱਕ ਤੁਸੀਂ ਇੱਥੇ PhD ਜਦੋਂ ਐਕਸਪੋਰਟ 'ਚ ਕਰ ਰਹੇ ਹੋ, ਉਹ ਸਫ਼ਰ ਤੁਹਾਡਾ ਕਿੱਦਾਂ ਇੱਥੇ ਤੱਕ ਪਹੁੰਚਿਆ? ਹਾਂਜੀ, ਮੈਂ ਪੰਜਾਬ ਤੋਂ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਹਾਂ। ਉੱਥੋਂ ਹੀ ਮੈਂ BA ਕੀਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਅੰਗਰੇਜ਼ੀ ਦੇ ਵਿੱਚ MA ਕੀਤੀ। ਸੰਨ 2000 ਦੇ ਵਿੱਚ ਮੈਂ ਪੰਜਾਬ ਛੱਡ ਕੇ ਅਮਰੀਕਾ ਚਲਾ ਗਿਆ। ਉੱਥੇ ਮੈਂ ਰਿਹਾ ਕਾਫੀ ਸਾਲ ਲਗਾਤਾਰ, ਜਿਵੇਂ 2011 ਤੱਕ ਕਹਿ ਸਕਦੇ ਹਾਂ। ਅਮਰੀਕਾ 'ਚ ਰਹਿੰਦਿਆਂ ਮੈਂ ਪਹਿਲਾਂ, ਮੇਰੀ ਪੜ੍ਹਾਈ ਜਿਹੜੀ ਜ਼ਿਆਦਾ ਸੀਗੀ ਉਹ ਸਾਹਿਤ ਅਤੇ ਇਤਿਹਾਸ ਨਾਲ ਸੰਬੰਧਿਤ ਸੀ। ਪੰਜਾਬ ਦੇ ਵਿੱਚ ਜਿਹੜਾ ਚਿੰਤਨ ਚੱਲਦਾ ਉਹ ਸਾਹਿਤ ਦੇ ਤੁਰੇ ਦੁਆਲੇ ਹੀ ਘੁੰਮਦਾ, ਅਤੇ ਅਸੀਂ ਜਿਹੜੇ ਮਹਾਨ ਸਿੱਖ ਵਿਦਵਾਨ ਅਤੇ ਸ਼ਾਇਰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਆ, ਮੈਂ ਉਹਨਾਂ ਦੇ ਕਾਫੀ ਨਜ਼ਦੀਕ ਵੀ ਰਿਹਾ, ਉਹਨਾਂ ਦੇ ਕੰਮ ਤੋਂ ਪ੍ਰਭਾਵਿਤ ਵੀ ਸੀ, ਹੁਣ ਵੀ ਹਾਂ। ਸੋ ਉਹ ਵੀ ਜਿਹੜਾ ਸਾਹਿਤ ਵੱਲ ਨੂੰ ਉਹਨਾਂ ਦਾ ਰੁਝਾਨ ਸੀ ਸੋਚਣੀ ਦਾ, ਉਸ ਤਰ੍ਹਾਂ ਸੀ। ਡਾਕਟਰ ਗੁਰਭਗਤ ਸਿੰਘ ਸੀ ਜਿਹਨਾਂ ਦਾ ਰੁਝਾਨ ਫਲਸਫੇ ਵੱਲ ਸੀ। ਸੋ ਬਾਹਰ ਜਾ ਕੇ ਮੈਂ ਆਪਣੇ ਤੌਰ 'ਤੇ, ਨਿੱਜੀ ਤੌਰ 'ਤੇ ਫਲਸਫੇ ਦੀ ਪੜ੍ਹਾਈ ਜਿਹੜੀ ਆ ਉਹ ਸ਼ੁਰੂ ਕੀਤੀ, ਜਿਹੜੀ ਕੰਟੀਨੈਂਟਲ ਫਲਾਸਫੀ ਆ, ਕਾਂਟ, ਹੇਗਲ, ਹਾਈਡੇਗਰ ਅਤੇ ਨਵੇਂ ਫਲਾਸਫਰ ਜਿਹੜੇ ਆ, ਪੋਸਟ ਸਟਰਕਚਰਲਿਸਟ, ਦਰੀਦਾ, ਫੂਕੋ ਵਗੈਰਾ, ਇਹ ਸਾਰਿਆਂ ਦਾ ਮੈਂ ਜਿੰਨਾ ਕੁ ਅਧਿਐਨ ਕਰ ਸਕਦਾ ਸੀ ਕੀਤਾ, ਪੋਸਟ ਕਲੋਨਲ ਥਿਊਰੀ ਦਾ ਕੀਤਾ। ਇਨ੍ਹਾਂ ਹੀ ਸਾਲਾਂ 'ਚ ਮੇਰਾ ਉੱਥੇ ਕੰਮ ਕਰਦੇ ਹੋਰ ਵਿਦਵਾਨਾਂ ਨਾਲ ਰਾਬਤਾ ਹੋਇਆ। ਅਸੀਂ ਇਕੱਠਿਆਂ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਦੇ ਵਿੱਚ ਕਾਫੀ ਸੰਜੀਦਾ ਸੈਮੀਨਾਰ ਵੀ ਆਰਗੇਨਾਈਜ਼ ਕੀਤੇ, ਜਿਵੇਂ ਦਰਬਾਰ ਸਾਹਿਬ 'ਤੇ ਹਮਲੇ ਦੇ 25 ਸਾਲ ਕਮੈਮੋਰੇਟ ਕਰਨ ਲਈ ਅਸੀਂ ਇੱਕ ਵੱਡਾ ਸੈਮੀਨਾਰ ਕੀਤਾ ਸੀ, ਜਿਹਦੇ 14 ਵਿਦਵਾਨਾਂ ਨੂੰ ਆਸਟ੍ਰੇਲੀਆ, ਇੰਗਲੈਂਡ, ਕੈਨੇਡਾ, ਅਮਰੀਕਾ, ਵੱਖ ਵੱਖ ਮੁਲਕਾਂ ਤੋਂ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਸੀ। ਪਰ ਮੇਰੇ ਕੋਲ, ਮੈਂ ਜਿਵੇਂ ਅਕੈਡੈਮਿਕ ਸੈਮੀਨਾਰਸ ਦੇ ਵਿੱਚ ਹਿੱਸਾ ਵਗੈਰਾ ਲੈਂਦਾ ਸੀ, ਮੇਰੀ ਇੱਕ ਪਬਲੀਕੇਸ਼ਨ ਵੀ ਹੈ 2008 ਦੀ, ਮੈਂ ਮਹਿਬੂਬ ਸਾਹਿਬ 'ਤੇ ਲੇਖ ਲਿਖਿਆ ਸੀ, ਸਿੱਖ ਫਾਰਮੇਸ਼ਨ ਜਿਹੜਾ ਜਰਨਲ ਨਿਕਲਦਾ ਰਾਊਟਲੈਜ ਤੋਂ, ਸ਼ਬਦਾ ਰਾਊਟਲੈਜ ਪਬਲਿਸ਼ਰਸ ਤੋਂ, ਉਹਦੇ 'ਚ ਛਪਿਆ ਵੀ ਸੀ। ਪਰ ਮੇਰੇ ਕੋਲ PhD ਦੀ ਡਿਗਰੀ ਨਹੀਂ ਸੀ, ਪੰਜਾਬ 'ਚ ਮੈਂ PhD ਕਰਦਾ ਸੀ ਪਰ ਮੈਂ ਉਹ ਵਿਚਾਲੇ ਛੱਡ ਕੇ ਆ ਗਿਆ ਸੀ। ਸੋ 2011 ਦੇ ਵਿੱਚ ਮੈਂ
ਇੱਥੇ ਇੰਗਲੈਂਡ ਆਉਣ ਦਾ ਫੈਸਲਾ ਕੀਤਾ। ਇੱਥੇ ਆ ਕੇ ਮੈਂ ਸੋਐਸ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼, ਜਿਹੜਾ ਕਿ ਯੂਨੀਵਰਸਿਟੀ ਆਫ ਲੰਡਨ ਦਾ ਪਾਰਟ ਆ, ਉੱਥੋਂ ਪਹਿਲਾਂ ਰਿਲੀਜਨ ਦੀ ਐਮ ਏ ਕੀਤੀ, ਕਿਉਂਕਿ ਪਹਿਲੀ ਜਿਹੜੀ ਐਮ ਏ ਸੀ ਮੇਰੀ ਉਹ ਇੰਗਲਿਸ਼ ਦੇ ਵਿੱਚ ਸੀ, ਲਿਟਰੇਚਰ ਦੇ ਵਿੱਚ। ਅਤੇ ਹੁਣ ਮੈਂ ਸਾਹਿਤ ਤੋਂ ਛੱਡ ਕੇ ਜਿਹੜਾ ਸਿੱਧਾ ਉਹ ਧਰਮ ਨਾਲ ਸੰਬੰਧਿਤ ਜਾਂ ਸਿੱਖੀ ਦੇ ਉੱਤੇ ਕੰਮ ਕਰਨਾ ਚਾਹੁੰਦਾ ਸੀ, ਲਿਟਰੇਚਰ ਵੱਲ ਨੂੰ ਮੈਨੂੰ ਲੱਗਦਾ ਸੀ ਵੀ ਥੋੜ੍ਹਾ ਜਿਹਾ ਪਾਸੇ 'ਤੇ ਕੰਮ। ਸੋ ਉਹ ਐਮ ਏ ਕਰਨ ਤੋਂ ਬਾਅਦ ਮੇਰੀ ਯੂਨੀਵਰਸਿਟੀ ਆਫ ਲੰਡਨ ਦੇ ਵਿੱਚ ਵੀ ਅਤੇ ਆਕਸਫੋਰਡ ਦੇ ਵਿੱਚ ਵੀ ਪੀ ਐੱਚ ਡੀ 'ਚ ਐਡਮਿਸ਼ਨ ਹੋਈ, ਅਤੇ ਉਸੇ ਆਧਾਰ 'ਤੇ ਹੋਈ। ਉਸ ਤੋਂ ਬਾਅਦ ਫਿਰ ਮੈਂ ਆਕਸਫੋਰਡ ਦੇ ਵਿੱਚ ਜਿਹੜੀ ਪੀ ਐੱਚ ਡੀ ਆ ਉਹ ਪਰਸੂ ਕਰਨ ਦਾ ਫੈਸਲਾ ਕੀਤਾ, ਅਤੇ ਹੁਣ ਮੈਂ ਇੱਥੇ ਕੰਮ ਕਰ ਰਿਹਾ 3 ਸਿੱਖ ਵਿਦਵਾਨਾਂ ਦੇ ਉੱਤੇ, ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ ਅਤੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਜਿਹੜੀ ਸਿੱਖ ਚਿੰਤਨ ਦੀ ਜਿਹੜੀ ਨੁਹਾਰ ਘੜੀ ਹੈ ਉਹ ਕਿਸ ਤਰੀਕੇ ਨਾਲ ਘੜੀ ਹੈ, ਉਹਨਾਂ 'ਤੇ ਕੀ ਪ੍ਰਭਾਵ ਹੈ, ਉਹਨਾਂ ਦੀ ਆਪਣੀ ਕੀ ਦੇਣ ਹੈ, ਉਹਨਾਂ ਦਾ ਪੱਛਮੀ ਜਗਤ ਨਾਲ, ਪੱਛਮੀ ਫਲਸਫਿਆਂ ਨਾਲ, ਬਸਤੀਵਾਦੀ ਬਿਰਤਾਂਤ ਨਾਲ ਕਿਸ ਤਰ੍ਹਾਂ ਦੇ ਵਾਰਤਾਲਾਪ ਦੇ ਵਿੱਚ ਰਹੇ ਆ, ਕਿਸ ਤਰ੍ਹਾਂ ਦੇ ਸੰਵਾਦ ਦੇ ਵਿੱਚ ਰਹੇ ਆ, ਇਹ ਸਾਰੀਆਂ ਚੀਜ਼ਾਂ ਨੂੰ ਮੈਂ ਆਲੋਚਨਾਤਮਕ ਦ੍ਰਿਸ਼ਟੀ ਤੋਂ ਵੇਖਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਪੀਐਚਡੀ ਦੇ ਵਿੱਚ। ਸ਼ੁਕਰੀਆ ਵੀਰ ਪ੍ਰਭਸ਼ਰਨਦੀਪ ਸਿੰਘ ਜੀ, ਬਹੁਤ ਬਹੁਤ। ਮੈਂ ਜਿਹੜੀ ਅੱਜ ਦੀ ਗੱਲਬਾਤ ਦਾ ਆਪਣਾ ਮੁੱਦਾ ਵਾ, ਤੁਸੀਂ ਲੰਮੇ ਸਮੇਂ ਤੋਂ ਪਹਿਲਾਂ ਸਾਹਿਤ ਨਾਲ ਵੀ ਜੁੜੇ ਰਹੇ ਹੋ, ਪੰਜਾਬ ਨਾਲ ਸੰਬੰਧਿਤ, ਸਿੱਖ ਜਗਤ ਨਾਲ ਸੰਬੰਧਿਤ ਸਾਰੀਆਂ ਘਟਨਾਵਾਂ ਨੂੰ ਨੇੜ ਤੋਂ ਦੇਖਦੇ ਰਹੇ ਹੋ, ਸਮਝਦੇ ਵੀ ਰਹੇ ਹੋ, ਉਹਨਾਂ ਬਾਰੇ ਲਿਖਦੇ ਵੀ ਰਹੇ ਹੋ। ਅੱਜ ਤੀਜੇ ਘੱਲੂਘਾਰੇ ਨੂੰ 30 ਸਾਲ ਹੋ ਚੁੱਕੇ ਨੇ, ਪਰ ਜਿਹੜੇ ਸਵਾਲ ਉਦੋਂ ਲੋਕਾਂ ਨੇ ਉਠਾਏ ਸੀ 84 ਜੂਨ ਦੇ ਇਸ ਘੱਲੂਘਾਰੇ ਤੋਂ ਬਾਅਦ ਦੇ ਵਿੱਚ, ਉਹ ਸਵਾਲ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਵੇਂ ਹੀ ਉਠਾਏ ਜਾਂਦੇ ਨੇ। ਅਤੇ ਹੈਰਾਨੀ ਦੀ ਗੱਲ ਇਹ ਆ ਵੀ ਉਠਾਏ ਇਕੱਲੇ ਸਾਡੇ ਵਿਰੋਧੀਆਂ ਵੱਲੋਂ ਜਾਂ ਦਿੱਲੀ ਵੱਲੋਂ ਹੀ ਨਹੀਂ ਜਾਂਦੇ, ਜਿਹੜੇ ਸਾਡੀ ਕੌਮ ਦਾ ਹਿੱਸਾ ਨੇ ਲੋਕ, ਉਹਨਾਂ ਵੱਲੋਂ ਵੀ ਉਠਾਏ ਜਾਂਦੇ ਨੇ। ਮਸਲਨ ਜਿਵੇਂ ਅਜੇ ਵੀ ਕਈ ਬੰਦੇ ਇਹ ਸਮਝਦੇ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਅਤੇ ਉਹਨਾਂ ਦਾ ਸਾਥੀਆਂ ਦਾ ਦਰਬਾਰ ਸਾਹਿਬ ਛੂਹਣਾ ਇੱਕ ਕਾਰਨ ਬਣਿਆ। ਅਜੇ ਵੀ ਲੋਕ ਕਹਿੰਦੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਜਿਸ ਤਰੀਕੇ ਦੀ ਉਸ ਵੇਲੇ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਉਸ ਵੇਲੇ ਰਹੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਅਤੇ ਦਰਬਾਰਾ ਸਿੰਘ ਵਿਚਕਾਰ ਜਿਹੜੀ ਖਿੱਚੋਤਾਣ ਸੀ, ਉਹਦੇ ਕਾਰਨ ਗਿਆਨੀ ਜੈਲ ਸਿੰਘ ਦੇ ਗਰੁੱਪ ਨੇ ਉਹਨਾਂ ਦੀ ਹਮਾਇਤ ਕੀਤੀ ਜਾਂ ਉਹਨਾਂ ਦਾ ਸਮਰਥਨ ਸੀ ਉਹਨਾਂ ਨੂੰ। ਦੂਜੀ ਗੱਲ, ਅਜੇ ਵੀ ਜਾਣੀ ਕਿ ਜਿਹੜੇ ਅਸਲੀ ਤੱਥ ਨੇ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਵੀ ਕੀ ਕਾਰਨ ਬਣਿਆ, ਜਿਹੜਾ ਦਿੱਲੀ ਨੇ ਐਡਾ ਯੋਜਨਾਬੱਧ ਤਰੀਕੇ ਦੇ ਨਾਲ ਐਡਾ ਵੱਡਾ ਧਾਵਾ ਬੋਲਿਆ ਇੰਨੇ ਲਾਮ ਲਸ਼ਕਰ ਦੇ ਨਾਲ, ਉਹ ਗੱਲ ਨੂੰ ਧਿਆਨ 'ਚ ਰੱਖ ਪਰੇ ਰੱਖਦਿਆਂ ਉਹ ਤੋਂ ਜਿਹੜੇ ਬੇਸਿਕ ਇਹ ਸਵਾਲ ਨੇ ਉਹੀ ਉਠਾਏ ਜਾ ਰਹੇ ਨੇ ਜਿਹੜੇ ਉਦੋਂ ਉਠਾਏ ਜਾਂਦੇ ਸੀ। ਤੁਸੀਂ ਇਹਦੇ 'ਤੇ ਵੱਡੀ ਹੈਰਾਨੀ ਮੈਨੂੰ ਉਦੋਂ ਹੁੰਦੀ ਹੈ ਜਦੋਂ ਸਿੱਖ ਜਗਤ ਨਾਲ ਸੰਬੰਧਿਤ ਸਾਡੀ ਮੁੰਡੇ ਕੁੜੀਆਂ ਵੱਲੋਂ, ਸਾਡੇ ਬਜ਼ੁਰਗਾਂ ਵੱਲੋਂ, ਸਾਡੀਆਂ ਭੈਣਾਂ ਵੱਲੋਂ ਇਹ ਸਵਾਲ ਅੱਜ ਵੀ ਉਸੇ ਰੂਪ 'ਚ ਕੀਤੇ ਜਾਂਦੇ ਨੇ ਜਿਹੜੇ ਉਦੋਂ ਕੀਤੇ ਜਾਂਦੇ ਸੀ, ਜਦਕਿ ਹੁਣ ਕਿੰਨੇ ਤੱਥ ਬਾਹਰ ਆ ਚੁੱਕੇ ਨੇ, ਬਰਤਾਨੀਆ ਦੀ ਮਿਲੀ ਭੁਗਤ ਬਾਹਰ ਆ ਚੁੱਕੀ ਆ, ਫਿਰ ਜਿਹੜੇ ਉਸ ਉਦੋਂ ਪਹਿਲਾਂ ਫੌਜ ਦੇ ਪੱਛਮੀ ਕਮਾਂਡ ਦੇ ਮੁਖੀ ਸੀ ਉਹ ਕਹਿ ਚੁੱਕੇ ਨੇ ਵੀ 1981 ਦੇ ਵਿੱਚ ਹੀ ਮੇਥੋਂ ਦਾ ਟੈਂਕ ਮੰਗਣ ਦਾ ਯਤਨ ਕੀਤਾ ਗਿਆ ਸੀ। ਤੁਸੀਂ ਇਹਦੇ ਬਾਰੇ ਜਿਹੜੀ ਮੁੱਢਲੀ ਟਿੱਪਣੀ ਆ ਉਹ ਕਿੱਦਾਂ, ਯਾਨੀ ਕਿ ਤੁਸੀਂ ਕਿੱਦਾਂ ਸੋਚਦੇ ਹੋ ਵੀ ਇਹ ਸਵਾਲ ਅੱਜ ਵੀ ਕਿਉਂ ਉਸੇ ਰੂਪ 'ਚ ਜਿਉਂਦਾ ਨੇ? ਦੇਖੋ, ਦੋ ਗੱਲਾਂ ਕਹੀਆਂ ਜਾਂਦੀਆਂ। ਇੱਕ ਧਿਰ ਵੱਲੋਂ ਇਹ ਕਿਹਾ ਜਾਂਦਾ ਕਿ ਭਾਰਤ ਸਰਕਾਰ ਵੱਲੋਂ ਇੱਕ ਧਰਮ ਸਥਾਨ 'ਤੇ ਹਮਲਾ ਕੀਤਾ ਗਿਆ। ਭਾਰਤ ਸਰਕਾਰ ਦੀ ਧਿਰ ਵੱਲੋਂ ਕਿਹਾ ਜਾਂਦਾ ਹੈ ਕਿ ਕੁਛ ਬੰਦਿਆਂ ਨੇ ਧਰਮ ਸਥਾਨ, ਜਿਹੜਾ ਕਿ ਪਵਿੱਤਰ ਸਥਾਨ ਹੈ, ਉਹਦੇ ਉੱਤੇ ਹਥਿਆਰ ਇਕੱਠੇ ਕਰਕੇ ਉਹਦੀ ਪਵਿੱਤਰਤਾ ਭੰਗ ਕੀਤੀ ਗਈ। ਉਹਦੇ ਕਰਕੇ ਭਾਰਤ ਸਰਕਾਰ ਵੱਲੋਂ ਉੱਤੇ ਹਮਲਾ ਕੀਤਾ ਗਿਆ। ਜਿਹੜਾ ਕੇਂਦਰੀ ਇਹਦੇ 'ਚ ਨੁਕਤਾ ਹੈ ਸਮਝਣ ਵਾਲਾ, ਜਿਹਨੂੰ ਲੋਕ ਅੱਖੋਂ ਪਰੋਖੇ ਕਰਦੇ ਆ ਅਣਜਾਣਪੁਣੇ 'ਚ ਜਾਂ ਜਾਣ ਬੁੱਝ ਕੇ ਜਿਵੇਂ ਮਰਜ਼ੀ, ਉਹ ਇਹ ਹੈ ਧਰਮ ਸਥਾਨ ਤੋਂ ਸਾਡਾ ਕੀ ਭਾਵ ਆ। ਉਸ ਤੋਂ ਵੀ ਪਹਿਲਾ ਨੁਕਤਾ, ਧਰਮ ਤੋਂ ਸਾਡਾ ਕੀ ਭਾਵ ਆ। ਜਿਹੜਾ ਧਰਮ ਤੋਂ ਭਾਵ ਲੋਕਾਂ ਵੱਲੋਂ, ਇਹ ਦੋਵਾਂ ਤਰ੍ਹਾਂ ਦੀ ਗੱਲ ਕਰਨ ਵਾਲੇ ਲੋਕਾਂ ਵੱਲੋਂ ਲਿਆ ਜਾਂਦਾ ਹੈ ਕਿ ਧਰਮ ਸਥਾਨ 'ਤੇ ਹਮਲਾ ਕੀਤਾ, ਇਹਨਾਂ ਧਰਮ ਸਥਾਨ ਦੇ ਅੰਦਰ ਬੰਦੇ ਬੈਠੇ ਸੀ, ਉਹ ਸਮਝਣ ਦੀ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ
ਧਰਮ ਦੀ ਕੋਈ ਇੱਕ ਡੈਫੀਨੇਸ਼ਨ ਨਹੀਂ, ਧਰਮ ਦਾ ਕੋਈ ਇੱਕ ਜਨਰਲ ਸਧਾਰਨ ਆਈਡੀਆ ਨਹੀਂ, ਧਰਮ ਦੀ ਹਰ ਧਰਮ ਦੀ ਆਪਣੀ ਡੈਫੀਨੇਸ਼ਨ ਹੈ। ਇਹ ਸਿੱਖਾਂ ਦੇ ਧਰਮ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ। ਸਿੱਖਾਂ ਦੀ ਧਰਮ ਦੀ ਪਰਿਭਾਸ਼ਾ ਉਹ ਨਹੀਂ ਜਿਹੜੀ ਈਸਾਈਆਂ ਦੀ ਈਸਾਈਅਤ ਦੀ ਪਰਿਭਾਸ਼ਾ, ਮੁਸਲਮਾਨਾਂ ਦੀ ਇਸਲਾਮ ਦੀ ਪਰਿਭਾਸ਼ਾ, ਯਹੂਦੀਆਂ ਦੀ ਯਹੂਦੀਅਤ ਦੀ ਹੈ, ਜਾਂ ਹਿੰਦੂਆਂ ਦੀ ਹਿੰਦੂ ਮਤ ਦੀ ਹੈ, ਜਾਂ ਜੋ ਵੀ ਹੈ ਜੋ ਵੀ ਹੈ। ਸੋ ਹਰ ਧਰਮ ਜ਼ਿੰਦਗੀ ਦੇ ਵਿੱਚ ਇੱਕ ਆਪਣੀ ਕਿਸਮ ਦੀ ਕੋਈ ਕੰਟਰੀਬਿਊਸ਼ਨ ਦੇ ਰਿਹਾ, ਆਪਣਾ ਵਿਜ਼ਨ ਲੈ ਕੇ ਆ ਰਿਹਾ। ਸੋ ਡੈਫੀਨੇਸ਼ਨ ਜਿਹੜੀ ਹੈ ਉਹ ਧਰਮ ਦੀ ਹਸਤੀ ਦਾ, ਉਹਦੀ ਹੋਣ ਦਾ, ਉਹਦੇ ਬੁਨਿਆਦੀ ਮੈਸੇਜ ਦਾ ਹਿੱਸਾ। ਸੋ ਜਿਹੜਾ ਸਿੱਖਾਂ ਦਾ ਧਰਮ ਹੈ ਉਹ ਧਰਮ ਦਾ ਇਹ ਅਰਥ ਹੀ ਨਹੀਂ ਕਿ ਉਹ ਇੱਕ ਪ੍ਰਾਈਵੇਟ ਚੀਜ਼ ਹੈ ਪੂਜਾ ਪਾਠ ਵਾਲੀ, ਵੀ ਤੁਸੀਂ ਪੂਜਾ ਕਰੋ, ਪਾਠ ਕਰੋ, ਭਗਤੀ ਕਰੋ। ਇਹ ਇੱਥੋਂ ਤੱਕ ਸਿੱਖੀ ਦੇ ਧਰਮ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਜਿਹੜੀ ਥੀਓ ਪੋਲੀਟੀਕਲ ਨੇਚਰ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ, ਸ੍ਰੀ ਅਕਾਲ ਤਖਤ ਸਾਹਿਬ ਦੀ ਅਤੇ ਸਿੱਖੀ ਦੀ, ਉਹ ਨੇਚਰ ਦੇ ਵਿੱਚ ਕੀ ਕੁਛ ਹੈ, ਉਹ ਵੰਗਾਰ ਕਿਹਨੂੰ ਰਹੀ ਹੈ? ਜਿਹੜੀਆਂ ਮੌਕੇ ਦੀਆਂ ਜਿਹੜੀਆਂ ਧਾਰਮਿਕ ਅਤੇ ਜਿਹੜੀਆਂ ਸਿਆਸੀ ਜਿਹੜੀਆਂ ਸਥਾਪਤੀਆਂ, ਸਿਆਸੀ ਸਥਾਪਤੀ ਉਦੋਂ ਮੁਗਲ ਸੀ, ਧਾਰਮਿਕ ਸਥਾਪਤੀ ਮੁਗਲ ਵੀ ਸੀਗੇ ਅਤੇ ਬ੍ਰਾਹਮਣ ਵੀ ਸੀ, ਉਹਨਾਂ ਨੂੰ ਕਿਸ ਤਰੀਕੇ ਨਾਲ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਚੁਣੌਤੀ ਦੇ ਰਹੇ ਆ, ਕਿਸ ਤਰੀਕੇ ਨਾਲ ਉਹਨਾਂ ਦੇ ਪੈਰਲ ਸੰਸਥਾਵਾਂ ਖੜੀਆਂ ਕਰ ਰਹੇ ਆ। ਸੋ ਜਿਹੜੀ ਸਿੱਖੀ ਦੀ ਚੁਣੌਤੀ ਹੈ, ਸਿੱਖੀ ਦੀ ਚੁਣੌਤੀ ਇਹ, ਪਹਿਲੀ ਤਾਂ ਇਹ ਗੱਲ ਹੈ ਕਿ ਸਿੱਖੀ ਸਿਧਾਂਤਕ ਤੌਰ 'ਤੇ ਜਿਹੜੇ ਪਹਿਲੇ ਦਮਨਕਾਰੀ ਜਿਹੜੇ ਰਾਹ ਹੈ ਉਹਨਾਂ ਸਾਰਿਆਂ ਨੂੰ ਚੁਣੌਤੀ ਦੇ ਰਹੀ ਹੈ, ਪਰ ਸਿੱਖੀ ਦੀ ਚੁਣੌਤੀ ਸਿਧਾਂਤਕ ਚੁਣੌਤੀ ਤੱਕ ਸੀਮਿਤ ਨਹੀਂ ਰਹਿੰਦੀ। ਇਹ ਇਹਦੀ ਵਿਲੱਖਣਤਾ। ਸਿੱਖੀ ਦੀ ਚੁਣੌਤੀ ਜਿਹੜੀ ਹੈ ਉਹ ਇੱਕ ਜ਼ਿੰਦਗੀ ਦੇ ਵਰਤਾਰੇ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ। ਉਸ ਚੁਣੌਤੀ ਨੂੰ ਅਮਲੀ ਰੂਪ 'ਚ ਗੁਰੂ ਸਾਹਿਬਾਨ ਨੇ ਜਿਹੜਾ ਉਹ ਖੜਾ ਕੀਤਾ। ਹੁਣ ਅੰਗਰੇਜ਼ਾਂ ਨੂੰ ਆਏ, ਅੰਗਰੇਜ਼ਾਂ ਨੇ ਰਿਲੀਜਨ ਨੂੰ ਪ੍ਰਾਈਵੇਟ ਸਪੇਸ ਤੱਕ ਲਿਮਿਟ ਕਰਨ ਦੀ ਕੋਸ਼ਿਸ਼ ਕੀਤੀ। ਜਿਹੜਾ ਪਬਲਿਕ ਡੋਮੇਨ ਆ ਉਹਨੂੰ ਲਾਅ ਡਿਫਾਈਨ ਕਰੂਗਾ, ਕਾਨੂੰਨ ਜਿਹੜਾ ਉਹ ਤੁਹਾਡੀ ਜਨਤਕ ਜ਼ਿੰਦਗੀ ਨੂੰ ਪਰਿਭਾਸ਼ਾ ਦੇਊਗਾ। ਧਰਮ ਤੁਹਾਡਾ ਨਿੱਜੀ ਮਸਲਾ, ਤੁਹਾਡੇ ਘਰ ਦੇ ਅੰਦਰ ਜਿਹੜਾ ਮਰਜ਼ੀ ਧਰਮ ਮੰਨੋ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਅਸੀਂ ਇਸ ਪਰਿਭਾਸ਼ਾ ਨੂੰ ਨਹੀਂ ਮੰਨਦੇ। ਹਿੰਦੂ ਅੱਜ ਗੋਰਿਆਂ ਤੋਂ ਜਿਹੜੀ ਇਨਹੈਰਿਟ ਕੀਤੀ ਇਹ ਪਰਿਭਾਸ਼ਾ ਧਰਮ ਦੀ, ਜਿਹ ਧਰਮ ਨੂੰ ਪ੍ਰਾਈਵੇਟ ਸਪੇਸ ਤੱਕ ਲਿਮਿਟ ਕਰਨਾ, ਸੀਮਿਤ ਕਰਨਾ, ਉਹਨੂੰ ਲੈ ਕੇ ਚੱਲ ਰਹੇ ਆ। ਅਸੀਂ ਇਹ ਨਹੀਂ ਮੰਨਦੇ। ਅਸੀਂ ਕਹਿੰਦੇ ਜਿਹੜਾ ਸਾਡਾ ਧਰਮ ਹੈ ਸਾਡੀ ਜ਼ਿੰਦਗੀ ਦੀ ਵਿਆਖਿਆ ਹੀ ਸਾਡਾ ਧਰਮ ਕਰਦਾ। ਸਾਡੀ ਜ਼ਿੰਦਗੀ ਦਾ ਵਿਜ਼ਨ, ਸਾਡਾ ਬੁਨਿਆਦੀ ਦ੍ਰਿਸ਼ਟੀਕੋਣ ਸਾਨੂੰ ਸਿੱਖੀ ਜਿਹੜੀ ਆ ਉਹ ਮੁਹੱਈਆ ਕਰਵਾਉਂਦੀ ਹੈ, ਅਤੇ ਉਹਦੇ ਵਿੱਚੋਂ ਹੀ ਸਾਡੀ ਜਿਹੜੀ ਸਾਰੀ ਜ਼ਿੰਦਗੀ ਦੀਆਂ ਸੰਸਥਾਵਾਂ ਜਿਹੜੀਆਂ ਉਹ ਸ਼ੇਪ ਲੈਂਦੀਆਂ। ਸੋ ਪਹਿਲਾ ਨੁਕਤਾ ਇਹ ਆ। ਸੈਕਿੰਡ ਕੀ ਹੋਇਆ, ਧਰਮ ਨੂੰ ਇੱਕ ਪ੍ਰਾਈਵੇਟ ਸਪੇਸ ਵਾਂਗੂ ਕਿਸੇ ਹੱਦ ਤੱਕ ਅਕਾਲੀਆਂ ਨੇ ਤਸਲੀਮ ਕਰ ਲਿਆ ਸੀ ਨਵੀਂ ਸਿੱਖੀ ਦੀ ਵਿਆਖਿਆ ਤਹਿਤ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੀ ਧਰਮ ਦੀ ਇਸ ਤਰ੍ਹਾਂ ਦੀ ਵਿਆਖਿਆ, ਸਿੱਖੀ ਦੀ ਇਸ ਤਰ੍ਹਾਂ ਦੀ ਵਿਆਖਿਆ, ਉਹਨੂੰ ਡਿਫਾਈ ਕਰ ਰਹੇ ਆ। ਫਿਰ ਗੁਰੂ ਸਾਹਿਬ ਦੇ ਪੂਰਨਿਆਂ 'ਤੇ ਚੱਲਦਿਆਂ, ਸਿਰਫ ਸਿਧਾਂਤਕ ਪੈਂਤੜੇ ਦੇ ਤੌਰ 'ਤੇ ਨਹੀਂ, ਅਮਲੀ ਰੂਪ 'ਚ। ਸੋ ਅਮਲੀ ਰੂਪ ਦੇ ਵਿੱਚ ਉਹ ਦੁਬਾਰਾ ਜਿਹੜਾ ਸਿੱਖ ਮੁਹਾਵਰਾ ਉਹਨੂੰ ਪ੍ਰਧਾਨ ਰੱਖ ਕੇ, ਉਹਨੂੰ ਪਿਛੋਕੜ ਦੇ ਵਿੱਚ ਰੱਖ ਕੇ, ਉਹਦੀ ਰੋਸ਼ਨੀ ਦੇ ਵਿੱਚ ਜਿਹੜੀ ਸਿੱਖ ਸਿਆਸਤ ਹੈ ਉਹਦੀ ਪ੍ਰਕਿਰਤੀ ਨੂੰ ਦੁਬਾਰਾ ਪ੍ਰਭਾਸ਼ਿਤ ਕਰ ਰਹੇ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਸੋ ਸਿੱਖੀ ਦੀ ਜਿਹੜੀ ਵਿਆਖਿਆ ਸੰਤ ਭਿੰਡਰਾਂਵਾਲੇ ਲੈ ਕੇ ਚੱਲ ਰਹੇ ਆ, ਉਹਦੇ 'ਚ ਧਰਮ ਅਤੇ ਰਾਜਨੀਤੀ ਦੋ ਅੱਡ ਅੱਡ ਚੀਜ਼ਾਂ ਨਹੀਂ, ਧਰਮ ਅਤੇ ਰਾਜਨੀਤੀ ਦੋ ਅੱਡ ਅੱਡ ਚੀਜ਼ਾਂ ਇਕੱਠੀਆਂ ਨਹੀਂ ਕੀਤੀਆਂ। ਉਹ ਧਰਮ ਹੀ ਹੈ, ਉਹ ਸਿਰਫ ਧਰਮ ਦੀ ਪ੍ਰੈਕਟਿਸ ਹੈ ਜਿਹੜਾ ਕਿ ਰਾਜਨੀਤੀ ਨੂੰ ਆਪਣੇ ਆਪ 'ਚ ਪਹਿਲਾਂ ਹੀ ਸ਼ਾਮਲ ਕਰੀ ਬੈਠਾ। ਧਰਮ ਜਿਹੜਾ ਕਿ ਜ਼ਿੰਦਗੀ ਦੇ ਸਮਾਜਿਕ ਅਤੇ ਸਿਆਸੀ ਪਹਿਲੂਆਂ ਨੂੰ ਬਰਾਬਰ ਮਾਨਤਾ ਦਿੰਦਾ, ਧਾਰਮਿਕ ਐਕਟੀਵਿਟੀ ਜਿਹੜੀ ਕਿ ਸਿਆਸੀ ਐਕਟੀਵਿਟੀ ਤੋਂ ਨਿਖੇੜ ਕੇ ਨਹੀਂ ਵੇਖੀ ਜਾ ਸਕਦੀ। ਜਿਵੇਂ ਆਪਾਂ ਸੰਘਰਸ਼ ਦੇ ਦੌਰਾਨ ਵਿੱਚ ਲੋਕ ਕਹਿੰਦੇ ਆ ਵੀ ਇਹ ਸੇਵਾ ਵਾਲਾ ਸਿੰਘ ਆ,
ਹੁਣ ਸੇਵਾ ਜਿਹੜਾ ਹੈ ਇੱਕ ਸਿੱਖਾਂ ਦਾ ਧਾਰਮਿਕ ਸੰਕਲਪ ਹੈ, ਪਰ ਜਦੋਂ ਆਪਾਂ ਸਮਝਦੇ ਹਾਂ ਇੱਕ ਬੰਦੇ ਦੀ ਦੂਜੇ ਨਾਲ ਜਾਣ ਪਛਾਣ ਕਰਾ ਰਿਹਾ ਇਹ ਸੇਵਾ ਵਾਲਾ ਸਿੰਘ ਹੈ, ਉਹ ਸੇਵਾ ਵਾਲੇ ਸਿੰਘ ਨੇ ਕੀ ਕੀਤਾ ਅਸਲ 'ਚ? ਜਾਂ ਉਹਨੇ ਕਿਸੇ ਸਿਆਸੀ ਸਰਗਰਮੀ 'ਚ ਹਿੱਸਾ ਲਿਆ, ਜਾਂ ਉਹ ਕੋਈ ਜੁਝਾਰੂ ਸਿੰਘ ਹੈ, ਉਹਦੀ ਕੋਈ ਪੋਲੀਟੀਕਲ ਐਕਟੀਵਿਟੀ ਜਿਹੜੀ ਹੈ ਉਹ ਸੇਵਾ ਜਿਹੜੀ ਉਹਦਾ ਪਾਰਟ ਹੀ ਹੈ। ਮੈਂ ਨਹੀਂ ਕਹਿੰਦਾ ਜੋੜੇ ਝਾੜ ਨੇ ਸੇਵਾ ਨਹੀਂ, ਜੋੜੇ ਝਾੜ ਨੇ ਵੀ ਸੇਵਾ ਹੈ, ਲੰਗਰ ਦੀ ਸੇਵਾ ਕਰਨੀ ਵੀ ਸੇਵਾ ਹੈ, ਮਹਾਰਾਜ ਦਾ ਪਾਠ ਕਰਨਾ ਵੀ ਸੇਵਾ ਹੈ, ਹਰ ਤਰ੍ਹਾਂ ਦੀ ਸੇਵਾ ਸੇਵਾ ਹੈ। ਅਸੀਂ ਕੋਈ ਸੇਵਾ ਉੱਚੀ ਨੀਵੀਂ ਜਾਂ ਵੱਖਰੀ ਬਣਾ ਕੇ ਪੇਸ਼ ਨਹੀਂ ਕਰ ਰਹੇ, ਪਰ ਸਿਆਸੀ ਐਕਟੀਵਿਟੀ ਵੀ ਸੇਵਾ ਹੈ ਤੇ ਧਾਰਮਿਕ ਕਰਮ ਦੇ ਤੌਰ ਤੇ ਸੇਵਾ। ਸੋ ਸਿਆਸੀ ਐਕਟੀਵਿਟੀ ਇੱਕ ਧਾਰਮਿਕ ਕਰਮ ਹੈ। ਇਹ ਚੀਜ਼ ਅਮਲੀ ਰੂਪ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਜਦੋਂ ਸਥਾਪਿਤ ਕੀਤੀ, ਉਦੋਂ ਅਸਲ ਦੇ ਵਿੱਚ ਜਿਹੜੀ ਸਿੱਖੀ ਦੀ ਅੰਦਰਲੀ ਰੂਹ ਆ ਉਹ ਅਮਲੀ ਰੂਪ ਦੇ ਵਿੱਚ ਦੁਬਾਰਾ ਉਜਾਗਰ ਹੋਈ, ਜਿਹੜੀ ਕਿ ਪਹਿਲਾਂ ਅਕਾਲੀ ਦਲ ਦੇ ਪ੍ਰਭਾਵ ਤਹਿਤ ਡਾਇਲਿਊਟ ਹੋ ਰਹੀ ਸੀ। ਉਸ ਰੂਹ ਦਾ ਉਜਾਗਰ ਹੋਣਾ ਜਿਹੜੀਆਂ ਤਾਕਤਾਂ ਨੂੰ ਸਿੱਖੀ ਬੁਨਿਆਦੀ ਤੌਰ ਤੇ ਪਹਿਲੇ ਦਿਨ ਤੋਂ ਗੁਰੂ ਸਾਹਿਬ ਚੁਣੌਤੀ ਦੇ ਰਹੇ ਆ, ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੋ ਸਕਦਾ। ਸੋ ਉਹਨਾਂ ਨੇ ਜਿਹੜਾ ਸਿੱਖ ਸੋਵਰਨਟੀ ਦੇ ਸਿੱਖਾਂ ਦੇ ਥੀਓਪੋਲੀਟੀਕਲ ਕੇਂਦਰ ਉਹਦੇ 'ਤੇ ਹਮਲਾ ਕਰਕੇ ਇੱਕ ਆਪਣੀ ਜਿਹੜੀ ਸਿਆਸੀ ਚੜ੍ਹਤ ਹੈ ਉਹ ਵਿਖਾਉਣੀ ਸੀ ਕਿ ਅਸੀਂ ਹੁਣ ਤਾਕਤ 'ਚ ਹਾਂ, ਪ੍ਰਭੂ ਸੱਤਾ ਸਾਡੇ ਕੋਲ ਹੈ, ਤੁਹਾਡੀ ਪ੍ਰਭੂ ਸੱਤਾ ਦੇ ਸੰਕਲਪ ਨੂੰ ਬੁਨਿਆਦੀ ਖਿਆਲ ਨੂੰ ਅਸੀਂ ਕੋਈ ਮਾਨਤਾ ਨਹੀਂ ਦਿੰਦੇ। ਦੂਜਾ ਜਿਹੜਾ ਗੌਰਵ ਜੁੜਿਆ ਸਿੱਖਾਂ ਦਾ, ਇੱਕ ਮਾਣ ਦਾ ਇੱਕ ਸ਼ਾਨ ਦਾ ਅਹਿਸਾਸ ਜੁੜਿਆ ਸ੍ਰੀ ਦਰਬਾਰ ਸਾਹਿਬ ਦੇ ਨਾਲ, ਇੱਕ ਪਵਿੱਤਰਤਾ ਦਾ ਅਹਿਸਾਸ ਜੁੜਿਆ, ਉਹਨੂੰ ਵੱਧ ਤੋਂ ਵੱਧ ਸਿੱਖਾਂ ਦੇ ਅਹਿਸਾਸ ਦੀ ਵੱਧ ਤੋਂ ਵੱਧ ਤਿੱਖੀ ਤੋਂ ਤਿੱਖੀ, ਵੱਡੀ ਤੋਂ ਵੱਡੀ ਬੇਪਤੀ ਕਰਕੇ ਸਿੱਖਾਂ ਨੂੰ ਆਪਣੇ ਵਿਰਸੇ ਤੋਂ, ਆਪਣੀਆਂ ਜੜ੍ਹਾਂ ਤੋਂ ਤੋੜਨ ਦੀ ਕੋਸ਼ਿਸ਼ ਕਰਨਾ, ਇਹ ਦਰਬਾਰ ਸਾਹਿਬ 'ਤੇ ਹਮਲੇ ਦੇ ਕਾਰਨ। ਅਤੇ ਇਹ ਤਾਂ ਹੋ ਗਈ ਸਰਦਾਰ ਪ੍ਰਭ ਸਰਨਦੀਪ ਸਿੰਘ ਜੀ ਗੱਲ ਜਿਹੜੀ ਤੁਸੀਂ ਯਾਨੀ ਕਿ ਸਿੱਖ ਨੁਕਤਾ ਨਿਗਾਹ ਤੋਂ ਕੀਤੀ ਆ ਵੀ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਜਿਸ ਤਰ੍ਹਾਂ ਅਸਲੀ ਸਿੱਖ ਵਜੋਂ ਸਿੱਖਾਂ ਨੂੰ ਜੀਵਨ ਜਾਚ ਜਿਉਣ ਦਾ ਸੱਦਾ ਦਿੱਤਾ ਜਾਂ ਉਹਨਾਂ ਨੇ ਅਗਵਾਈ ਕੀਤੀ, ਲੋਕ ਉਹਨਾਂ ਦੇ ਮਗਰ ਜੁੜ ਤੁਰੇ ਅਤੇ ਦਿੱਲੀ ਤੋਂ ਜਾਂ ਕਹਿ ਲਓ ਜਿਹੜਾ ਉਸ ਵੇਲੇ ਦਾ ਉੱਥੇ ਤਖ਼ਤ ਆ ਉਹ 'ਤੇ ਕਾਬਜ਼ ਲੋਕ ਨੇ, ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਅਤੇ ਉਹਨਾਂ ਨੇ ਜਾਣੀ ਕਿ ਦਰਬਾਰ ਸਾਹਿਬ 'ਤੇ ਹਮਲਾ ਕੀਤਾ। ਮੈਂ ਜਿਹੜੀ ਗੱਲ ਜਾਣੀ ਕਿ ਦੂਸਰੀ ਹੈ ਇਦੂ ਬਿਨਾਂ, ਜਿਹੜੇ ਕੁਝ ਕੁ ਛੋਟੇ ਛੋਟੇ ਕਾਰਨ ਅਕਾਲੀਆਂ ਵੱਲੋਂ ਜਾਂ ਸਿੱਖਾਂ ਵੱਲੋਂ ਹੋਰ ਪੇਸ਼ ਕੀਤੇ ਜਾਂਦੇ ਆ ਜਾਂ ਦੱਸੇ ਜਾਂਦੇ ਆ, ਜਿਸ ਤਰ੍ਹਾਂ ਕਈ ਕਹਿੰਦੇ ਆ ਵੀ ਅਕਾਲੀ ਦਲ ਦਾ ਮੋਰਚਾ ਸੀ ਜਿਹੜਾ ਉਦੋਂ ਉਹਨਾਂ ਨੇ ਕੋਈ ਕਾਲ ਦੇਣੀ ਸੀ, ਉਦੋਂ ਇੱਕ ਦੋ ਦਿਨ ਬਾਅਦ ਦੇ ਵਿੱਚ ਬਾਈਕਾਟ ਵਗੈਰਾ ਵਰਗੀ ਇੱਦਾਂ ਦੀ। ਕਈ ਲੋਕ ਇਹ ਵੀ ਕਹਿੰਦੇ ਆ ਵੀ ਐਮਰਜੈਂਸੀ ਕਾਰਨ ਇੰਦਰਾ ਗਾਂਧੀ ਨੂੰ ਗੁੱਸਾ ਸੀ, ਬੀਤੇ ਸਮੇਂ ਦੇ ਵਿੱਚ ਬੀਜੇਪੀ ਨਾਲ ਸੰਬੰਧਿਤ ਇੱਕ ਦੋ ਜਿਹੜੇ ਉਹਨਾਂ ਦੇ ਕਹਿ ਲਓ ਪੱਤਰਕਾਰ ਟਾਈਪ ਲੋਕ ਨੇ ਉਹਨਾਂ ਨੇ ਵੀ ਇੱਦਾਂ ਦੀ ਗੱਲ ਕੀਤੀ ਆ। ਉਹ ਜਿਹੜੇ ਨਿੱਕੇ ਕਾਰਨ ਨੇ ਉਸ ਵੇਲੇ ਦੇ, ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਜਿਹੜੇ ਮੌਕੇ ਦੇ ਕਾਰਨ, ਅਸੀਂ ਬਿਲਕੁਲ ਮੌਕੇ ਦੇ ਕਾਰਨ ਰੱਦ ਨਹੀਂ ਕਰਦੇ। ਜਦੋਂ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦਾ ਨਾਂ ਲੈ ਰਹੇ ਹਾਂ ਕਿ ਉਹ ਉੱਥੇ ਮੌਜੂਦ ਸੀ ਅਤੇ ਉਹਨਾਂ ਦੀ ਮੌਜੂਦਗੀ ਕੀ ਕਰ ਰਹੀ ਸੀ, ਅਸੀਂ ਮੌਕੇ ਦੀ ਜਿਹੜੀ ਹਕੀਕਤ ਹੈ ਉਹਨੂੰ ਬਕਾਇਦਾ ਅਸੀਂ ਮਾਨਤਾ ਦੇ ਕੇ ਚੱਲ ਰਹੇ ਹਾਂ। ਪਰ ਜਿਹੜੀਆਂ ਤੁਸੀਂ ਮਿਸਾਲਾਂ ਦਿੱਤੀਆਂ ਮੇਰੇ ਵੀ ਧਿਆਨ 'ਚ ਆਈਆਂ ਇਹ ਗੱਲਾਂ, ਐਮਰਜੈਂਸੀ ਵਾਲੀ ਗੱਲ ਹੈਗੀ ਆ, ਪਰ ਐਮਰਜੈਂਸੀ ਵਾਲੀ ਗੱਲ ਆਏ ਨਹੀਂ ਜਿਵੇਂ ਮੀਡੀਆ ਇਹਨੂੰ ਪੇਸ਼ ਕਰ ਰਿਹਾ। ਐਮਰਜੈਂਸੀ ਵਾਲੀ ਗੱਲ ਐਕਚੁਅਲੀ ਇਹ ਤੋਂ ਬਿਲਕੁਲ ਵੱਖਰੀ ਹੈ। ਐਮਰਜੈਂਸੀ ਦਾ ਵਿਰੋਧ ਕਰਨ ਦੇ ਵਿੱਚ ਆਮ ਜਨਤਾ ਇਹ ਜਾਣਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਰੋਲ ਰਿਹਾ। ਐਮਰਜੈਂਸੀ ਵੇਲੇ ਦਫਾ 144 ਲੱਗੀ ਹੁੰਦੀ ਸੀ, ਦਫਾ 144 ਦੇ ਵਿੱਚ 4 ਤੋਂ ਵੱਧ ਬੰਦੇ ਇੱਕ ਜਗ੍ਹਾ ਜਨਤਕ ਥਾਂ 'ਤੇ ਇਕੱਠੇ ਨਹੀਂ ਹੋ ਸਕਦੇ, ਕੋਈ ਰੈਲੀ ਜਾਂ ਮੁਜ਼ਾਹਰਾ ਨਹੀਂ ਕਰ ਸਕਦੇ। ਐਮਰਜੈਂਸੀ ਦੇ ਦਿਨਾਂ ਦੇ ਵਿੱਚ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਜਿਹੜੇ 84 ਨਗਰ ਕੀਰਤਨ ਉਸ ਵੇਲੇ ਕੱਢੇ, ਨਗਰ ਕੀਰਤਨ ਨਵਾਂ ਸ਼ਬਦ ਹੈ, ਉਦੋਂ ਸ਼ਬਦ ਜਲੂਸ ਚੱਲਦਾ ਹੁੰਦਾ ਸੀ, ਮੈਨੂੰ ਤਾਂ ਪੁਰਾਣਾ ਸ਼ਬਦ ਜਿਹੜੇ ਵਧੀਆ ਲੱਗਦੇ ਆ। ਉਹਨਾਂ ਜਲੂਸਾਂ ਦੇ ਦੌਰਾਨ ਜਿਹੜੀਆਂ ਤਕਰੀਰਾਂ ਕੀਤੀਆਂ ਉਹ ਇਤਿਹਾਸ ਨਾਲ ਸੰਬੰਧਿਤ ਸੀਗੀਆਂ ਹੀ,
ਉਹਨਾਂ ਦੇ ਵਿੱਚ ਜਿਹੜੀ ਸਿਆਸੀ ਚੇਤਨਤਾ ਮੋਬਲਾਈਜੇਸ਼ਨ ਹੈ ਜਿਹੜੀ ਉਹਦੇ 'ਚ ਉਹ ਕਰਨ ਦੇ ਵਿੱਚ ਜਿਹੜੇ ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦਾ ਉਹ ਬਹੁਤ ਵੱਡਾ ਰੋਲ ਆ। ਸੋ ਸਿੱਖਾਂ ਨੇ ਐਮਰਜੈਂਸੀ ਵੇਲੇ ਇੰਦਰਾ ਗਾਂਧੀ ਨੂੰ ਚੁਣੌਤੀ ਦਿੱਤੀ ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਇੰਦਰਾ ਗਾਂਧੀ ਨੇ ਸਿਰਫ ਇਸ ਕਰਕੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਇਹ ਗੱਲ ਬਿਲਕੁਲ ਗਲਤ ਆ, ਕਿਉਂਕਿ ਦਰਬਾਰ ਸਾਹਿਬ 'ਤੇ ਜਿਹੜਾ ਹਮਲਾ ਉਹ ਪਲੈਨ ਵੀ ਬਹੁਤ ਵੱਖਰੇ ਤਰੀਕੇ ਨਾਲ ਪਹਿਲਾਂ ਦਾ ਹੋ ਰਿਹਾ, ਉਹ ਪਹਿਲਾਂ ਹਮਲਾ ਵੀ ਨਹੀਂ, ਅਤੇ ਜਿਹੜੇ ਸਿੱਖ ਹੈ ਉਹ ਦਰਬਾਰ ਸਾਹਿਬ ਦੇ ਅਗੇਂਸਟ ਜਿਹੜੀ ਵਾਇਲੈਂਸ ਆ ਉਹਨਾਂ ਨੂੰ ਦਿਸਦੀ ਵੀ ਆ ਪਹਿਲਾਂ। ਜਿਵੇਂ ਮੈਂ ਨਾਂ ਲਿਆ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦਾ, 1965 ਦੇ ਸਾਲਾਂ 'ਚ ਪ੍ਰੋਫੈਸਰ ਮਹਿਬੂਬ ਇਹ ਕਿਹਾ ਕਰਦੇ ਸੀ, ਉਹਨਾਂ ਦੇ ਪਿੰਡ ਦੇ ਲੋਕ ਅੱਜ ਵੀ ਇਸ ਗੱਲ ਦੇ ਗਵਾਹ ਹੈ। ਇੱਕ ਮੇਰੇ ਦੋਸਤ ਨੇ ਤਾਂ ਮੈਨੂੰ ਦੱਸਿਆ ਵੀ 1965 ਦੇ ਵਿੱਚ ਸਿੱਖਾਂ ਦੀ ਮਦਦ ਨਾਲ, ਸਿੱਖ ਫੌਜੀਆਂ ਦੀ ਮਦਦ ਨਾਲ ਜਿਹੜੀ ਭਾਰਤ ਪਾਕਿਸਤਾਨ ਜੰਗ ਹੈ ਇਹਦੇ 'ਚ ਹਿੰਦੁਸਤਾਨ ਨੇ ਜਿੱਤ ਹਾਸਲ ਕੀਤੀ ਸੀ, ਅਤੇ ਹਿੰਦੁਸਤਾਨ ਦੇ ਲੋਕ ਸਿੱਖਾਂ ਨੂੰ ਬੜਾ ਵਡਿਆ ਰਹੇ ਸੀ, ਬੜਾ ਚੰਗਾ ਕੰਮ ਕੀਤਾ ਜੀ, ਜੰਗ ਜਿੱਤੀ ਹੈ। ਅਤੇ ਉਹਨਾਂ ਦਿਨਾਂ 'ਚ ਜਦੋਂ ਹਿੰਦੁਸਤਾਨ ਦੇ ਲੋਕ ਸਿੱਖਾਂ ਨੂੰ ਬੜਾ ਵਡਿਆ ਰਹੇ ਸੀ ਇਹ ਜੰਗ ਤੋਂ ਬਾਅਦ, ਹਰਿੰਦਰ ਸਿੰਘ ਮਹਿਬੂਬ ਦਾ ਇਹ ਕਹਿਣਾ ਕਿ ਇਹ ਹਮਲਾ ਕਰਨਗੇ ਦਰਬਾਰ ਸਾਹਿਬ 'ਤੇ, ਇਹ ਦਰਬਾਰ ਸਾਹਿਬ 'ਤੇ ਹਮਲਾ ਕਰਨਗੇ ਹਰ ਹਾਲ 'ਤੇ, ਰੁਕ ਨਹੀਂ ਸਕਦੇ। ਮਹਿਬੂਬ ਸਾਹਿਬ ਨੇ ਆਪਣੀ ਕਿਤਾਬ 'ਚ ਨਾ ਆਧੀ ਰਾਤ ਦੀ ਭੂਮਿਕਾ ਦੇ ਵਿੱਚ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਦੀਆਂ ਜਿਹੜੀਆਂ ਕੁਛ ਲਾਈਨਾਂ ਕਵਿਤਾ ਦੀਆਂ ਉਹਨਾਂ ਦਾ ਹਵਾਲਾ ਦੇ ਕੇ ਵੀ ਇਹ ਆਖਿਆ ਕਿ ਕੁਲਵੰਤ ਸਿੰਘ ਗਰੇਵਾਲ ਨੂੰ ਵੀ ਉਹਨਾਂ ਦਿਨਾਂ 'ਚ ਲੱਗਦਾ ਸੀ ਕਿ ਦਰਬਾਰ ਸਾਹਿਬ 'ਤੇ ਹਮਲਾ ਜਿਹੜਾ ਉਹ ਹਿੰਦੁਸਤਾਨੀਆਂ ਨੇ ਕਰਨਾ ਹੀ ਕਰਨਾ, ਇਹ ਰੁਕ ਨਹੀਂ ਸਕਦਾ। ਇਹ ਸਿੱਖਾਂ ਦੀਆਂ ਪ੍ਰਤੀਤੀਆਂ, ਮੈਂ ਇਹਨਾਂ ਨੂੰ ਕਾਫੀ ਵਜ਼ਨ ਦਿੰਦਾ, ਪਰ ਕੁਛ ਲੋਕ ਜਿਹੜੇ ਆ ਉਹ ਸ਼ਾਇਦ ਤੱਥਾਂ ਨੂੰ ਜ਼ਿਆਦਾ ਵਜ਼ਨ ਦਿੰਦੇ ਹੋਣ, ਇਹਨਾਂ ਪ੍ਰਤੀਤੀਆਂ ਨੂੰ ਵਜ਼ਨ ਨਾ ਦਿੰਦੇ ਹੋਣ। ਫਿਰ ਸਵਾਲ ਪੈਦਾ ਹੁੰਦਾ ਕਿ ਜੇ ਦਰਬਾਰ ਸਾਹਿਬ 'ਤੇ ਹਮਲਾ ਤਤਕਾਲੀ ਕਾਰਨਾਂ ਕਰਕੇ ਹੀ ਹੋਇਆ ਤਾਂ ਦਰਬਾਰ ਸਾਹਿਬ 'ਤੇ ਹਮਲਾ ਪਲੈਨ ਕਦੋਂ ਹੋਇਆ? ਜ਼ਾਹਰ ਹੈ ਸਾਡੇ ਕੋਲ ਜਨਵਰੀ ਫਰਵਰੀ 1984 ਦੇ ਦਸਤਾਵੇਜ਼ ਹੈਗੇ ਆ ਜਿਹਦੇ 'ਚ ਭਾਰਤ ਸਰਕਾਰ ਆ ਜਿਹੜੀ ਉਹ ਬ੍ਰਿਟਿਸ਼ ਹਕੂਮਤ ਦੀ ਸਲਾਹ ਮੰਗ ਰਹੀ ਹੈ ਕਿ ਦਰਬਾਰ ਸਾਹਿਬ 'ਤੇ ਹਮਲਾ ਕਿਵੇਂ ਕੀਤਾ ਜਾਵੇ। ਸੋ ਫਰਵਰੀ ਤੋਂ ਪਹਿਲਾਂ ਭਾਰਤ ਸਰਕਾਰ ਇਹ ਗੱਲ ਦੀ ਸਲਾਹ ਕਰ ਚੁੱਕੀ ਹੈ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਰਬਾਰ ਸਾਹਿਬ 'ਤੇ ਜਾਂਦੇ ਆ, ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਂਦੇ ਆ 15 ਦਸੰਬਰ 1983 ਨੂੰ, ਜਦੋਂ ਕਿ ਚਕਰਾਤਾ ਦੇਹਰਾਦੂਨ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦਾ ਮਾਡਲ ਆ ਉਹ ਪਹਿਲਾਂ ਬਣ ਚੁੱਕਾ, ਫੌਜੀਆਂ ਨੂੰ ਸਿਖਲਾਈ ਪਹਿਲਾਂ ਦਿੱਤੀ ਜਾ ਚੁੱਕੀ ਹੈ। 1981 ਦੇ ਵਿੱਚ ਫੌਜੀ ਹਮਲਾ ਕਰਨ ਦੀਆਂ ਹਦਾਇਤਾਂ ਜਿਹੜਾ ਜਨਰਲ ਐਸ ਕੇ ਸਿਨਹਾ ਉਹਨੂੰ ਪਹਿਲਾਂ ਦਿੱਤੀਆਂ ਜਾ ਚੁੱਕੀਆਂ। ਉਦੋਂ ਟੈਂਕਾਂ ਦੀ ਟੈਂਕ ਬਖਤਰਬੰਦ ਗੱਡੀਆਂ ਜਿਹੜੀਆਂ ਉਹ ਪਹਿਲਾਂ ਫੌਜ ਨੂੰ ਵਰਤਣ ਦੀ ਲਈ ਆਖਿਆ ਗਿਆ, ਫਿਰ ਪੰਜਾਬ ਪੁਲਿਸ ਨੇ ਫੌਜ ਤੋਂ ਉਧਾਰੀਆਂ ਵੀ ਮੰਗੀਆਂ, ਜਿਹੜਾ ਕਿ ਸਿਨਹਾ ਨੇ ਆਪਣੀ ਕਿਤਾਬ ਦੇ ਵਿੱਚ ਵੀ ਲਿਖਿਆ ਕਿ ਉਹਨਾਂ ਨੇ ਨਾ ਕੀਤੀ, ਕਿਹੜੇ ਫੌਜ ਆ ਉਹ ਆਪਣੇ ਇਕਵਿਪਮੈਂਟ ਜਿਹੜੀ ਆ ਉਹ ਕਿਸੇ ਨੂੰ ਉਧਾਰੇ ਬਿਲਕੁਲ ਨਹੀਂ ਦਿੰਦੀ, ਅਤੇ ਇਹ ਪੁਲਿਸ ਦਾ ਮਸਲਾ, ਤੁਸੀਂ ਜਿਹੜੀ ਪੁਲਿਸ ਕਾਰਵਾਈ ਹੈ ਉਹ ਇਸ ਮਾਮਲੇ ਦੇ ਵਿੱਚ ਕਰੋ। ਸੋ ਜਿਹੜਾ ਜਿਸ ਤਰੀਕੇ ਨਾਲ ਸਾਰਾ ਪਲੈਨ ਹੋ ਰਿਹਾ, ਜਿਵੇਂ ਮੀਡੀਆ ਨੇ ਇਹ ਰੈਟਰਿਕ ਖੜਾ ਕੀਤਾ ਕਿ ਕਤਲੋਗਾਰਤ ਇੰਨੇ ਵੱਡੇ ਪੱਧਰ 'ਤੇ ਹੋ ਗਈ ਸੀ, ਹਿੰਦੂਆਂ ਦੇ ਕਤਲ ਇੰਨੇ ਜ਼ਿਆਦਾ ਹੋ ਗਏ ਸੀ ਕਿ ਭਾਰਤ ਸਰਕਾਰ ਕੋਲ ਕੋਈ ਰਾਹ ਨਹੀਂ ਸੀ ਰਿਹਾ, ਉਹ ਬਾਹਰ ਬੰਦੇ ਮਾਰਦੇ ਸੀ ਅਤੇ ਬੰਦੇ ਮਾਰ ਕੇ ਦਰਬਾਰ ਸਾਹਿਬ ਦੇ ਅੰਦਰ ਚਲੇ ਜਾਂਦੇ ਸੀ। ਹੁਣ ਜਦੋਂ ਆਪਾਂ ਕਹਿੰਦੇ ਜ਼ਿਆਦਾ ਕਤਲ, ਜ਼ਿਆਦਾ ਕਤਲਾਂ ਦੀ ਕੀ ਪਰਿਭਾਸ਼ਾ ਹੈ? ਦਿੱਲੀ 'ਚ ਸਰਕਾਰੀ ਅੰਕੜਿਆਂ ਅਨੁਸਾਰ 3 ਦਿਨਾਂ 'ਚ 3000 ਬੰਦਾ ਮਾਰਿਆ ਗਿਆ, ਸਿੱਖ ਇਸ ਗਿਣਤੀ ਨੂੰ ਮੰਨਦੇ ਵੀ ਨਹੀਂ, ਇਹ ਇਕੱਲੇ ਦਿੱਲੀ ਸ਼ਹਿਰ ਦੀ ਗਿਣਤੀ ਹੈ, ਵੈਸੇ ਹਿੰਦੁਸਤਾਨ 'ਚ ਕਿੰਨੇ ਮਾਰੇ ਗਏ? ਜ਼ਿਆਦਾ ਦੀ ਕੀ ਪਰਿਭਾਸ਼ਾ? ਸਰਕਾਰੀ ਵਾਈਟ ਪੇਪਰ ਅਨੁਸਾਰ ਜੂਨ 84 ਤੋਂ ਪਹਿਲਾਂ ਪੰਜਾਬ 'ਚ ਹੋਏ ਕਤਲਾਂ ਦੀ ਗਿਣਤੀ 410 ਆ, 298 ਕਤਲ ਸਰਕਾਰੀ ਵਾਈਟ ਪੇਪਰ ਅਨੁਸਾਰ ਜਨਵਰੀ 1 ਜਨਵਰੀ 1984 ਤੋਂ 1 ਜੂਨ 1984 ਦੇ ਦਰਮਿਆਨ ਹੁੰਦੇ ਆ। ਇਹਦਾ ਅਰਥ ਕੀ ਹੋਇਆ?
1 ਜਨਵਰੀ 1984 ਤੋਂ ਪਹਿਲਾਂ ਕੇਵਲ 112 ਕਤਲ ਹੋਏ ਆ ਸਰਕਾਰੀ ਵਾਈਟ ਪੇਪਰ ਅਨੁਸਾਰ। ਇਸ ਗੱਲ ਦੀ ਕੋਈ ਜਾਂਚ ਨਹੀਂ ਹੋਈ ਕਿ ਸਰਕਾਰੀ ਵਾਈਟ ਪੇਪਰ ਦੇ ਨੇ ਜਿਹੜੇ ਕਤਲ ਇਕੱਠੇ ਕਰਕੇ ਸਿੱਖਾਂ ਦੇ ਖਾਤੇ ਪਾਏ ਆ ਸਾਰੇ ਦੇ ਸਾਰੇ ਉਹ ਕਿੰਨੇ ਕੁ ਸਹੀ ਹੈ, ਕੋਈ ਇਹਦਾ ਜੁਡੀਸ਼ੀਅਲ ਆਧਾਰ ਨਹੀਂ ਗਾ, ਕੋਈ ਬੰਦਿਆਂ ਨੂੰ ਹੋਈਆਂ ਕਨਵਿਕਸ਼ਨਸ ਨਹੀਂ ਗੀਆਂ। ਜਿਹੜੀਆਂ ਅਖਬਾਰਾਂ ਦੇ ਵਿੱਚ ਕਤਲਾਂ ਦੀਆਂ ਖਬਰਾਂ ਛਪੀਆਂ ਉਹਨਾਂ 'ਚ ਬਹੁਤ ਸਾਰੇ ਸਿੱਖਾਂ ਦੇ ਕਤਲ ਵੀ ਹੋਏ ਆ, ਬਹੁਤ ਸਾਰੇ ਹਿੰਦੂਆਂ ਦੇ ਕਤਲ ਵੀ ਹੋਏ ਆ, ਉਹਨਾਂ ਨੂੰ ਇਕੱਠੇ ਕਰਕੇ ਇੱਕ ਥਾਂ ਕਲੱਬ ਕਰਕੇ ਸਿੱਖਾਂ ਦੇ ਖਾਤੇ ਪਾਇਆ ਗਿਆ। ਪਰ ਜੇ ਸਰਕਾਰੀ ਵਾਈਟ ਪੇਪਰ ਦੀ ਦਿੱਤੀ ਗਿਣਤੀ ਨੂੰ ਮੰਨ ਹੀ ਲਿਆ ਜਾਵੇ, 112 ਕਤਲਾਂ ਲਈ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ। ਮੈਂ ਰਹਿੰਦੇ 298 ਬਾਹਰ ਕਿਉਂ ਕੱਢ ਰਿਹਾ, ਕਿਉਂਕਿ ਫਰਵਰੀ 'ਚ ਤਾਂ ਬ੍ਰਿਟਿਸ਼ ਏਜੰਸੀ ਭਾਰਤ ਸਰਕਾਰ ਨੂੰ ਸਲਾਹਾਂ ਦੇ ਰਹੀ ਹੈ, ਜਨਵਰੀ ਤੱਕ ਜਿਹੜੇ ਕਤਲ ਹੋ ਚੁੱਕੇ ਆ ਉਦੋਂ ਤੱਕ ਫੈਸਲਾ ਹੋ ਚੁੱਕਾ। ਜਦੋਂ ਫੈਸਲਾ ਹੀ ਹੋ ਚੁੱਕਾ ਦਰਬਾਰ ਸਾਹਿਬ 'ਤੇ ਹਮਲੇ ਦਾ, ਬਾਅਦ 'ਚ ਕਿੰਨੇ ਕਤਲ ਹੋਏ ਪੰਜਾਬ ਦੇ ਵਿੱਚ ਜਾਂ ਕਿੰਨੇ ਨਹੀਂ ਹੋਏ? ਸੋ 112 ਕਤਲ ਜਿਹੜੇ ਅਨਵੈਰੀਫਾਈਡ ਹੈ, ਜਿਹੜੇ ਜਸਟੀਫਾਈਡ ਨਹੀਂ, ਜਿਹੜੇ ਕਿਸੇ ਪ੍ਰੋਸੈਸ 'ਚੋਂ ਸਾਬਤ ਨਹੀਂ ਹੋਇਆ ਕਿ ਸੰਤ ਭਿੰਡਰਾਂ ਵਾਲੇ ਜਾਂ ਅੰਦਰ ਬੈਠੇ ਬੰਦੇ ਉਹਨਾਂ ਲਈ ਜ਼ਿੰਮੇਵਾਰ ਸੀ, ਜਾਂ ਤਾਂ ਹਿੰਦੁਸਤਾਨ ਦੀ ਹਕੂਮਤ ਇਹ ਮੰਨੇ ਕਿ ਇਹਨੂੰ ਆਪਣੇ ਜੁਡੀਸ਼ੀਅਲ ਪ੍ਰੋਸੈਸ 'ਤੇ ਕੋਈ ਭਰੋਸਾ ਨਹੀਂ ਗਾ, ਇਹ ਉਹਦੇ 'ਚ ਆਸਥਾ ਨਹੀਂ ਰੱਖਦੇ ਆਪਣੀ ਜੁਡੀਸ਼ਰੀ ਦੇ ਵਿੱਚ, ਕੋਈ ਜਿਹੜਾ ਲਾਅ ਦਾ ਪ੍ਰੋਸੀਜਰ ਹੈ ਉਹਨੂੰ ਮਾਨਤਾ ਨਹੀਂ ਦਿੰਦੇ, ਜਾਂ ਹਿੰਦੁਸਤਾਨ ਦੀ ਹਕੂਮਤ ਇਹ ਮੰਨੇ ਕਿ ਸਿੱਖਾਂ ਵਾਸਤੇ ਜਿਹੜੇ ਕਾਨੂੰਨ ਹੈ ਉਹ ਕੋਈ ਹੋਂਦ ਨਹੀਂ ਰੱਖਦੇ, ਕੋਈ ਮਨਾ ਨਹੀਂ ਰੱਖਦੇ, ਸਿੱਖਾਂ ਨਾਲ ਉਹਨਾਂ ਨੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਹੀ ਸਿੱਝਣਾ। ਸੋ 112 ਕਤਲਾਂ ਲਈ ਜਿਹੜਾ ਇੰਨਾ ਵੇਲਾ ਬਣਾਇਆ ਮੀਡੀਆ ਨੇ ਕਦੇ ਨੰਬਰ ਨਹੀਂ ਦਿੱਤਾ। ਬਹੁਤ ਕਤਲ ਹੋਏ ਜੀ, ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ 32,000 ਹਿੰਦੂ ਮਾਰਿਆ ਗਿਆ ਪੰਜਾਬ ਦੇ ਵਿੱਚ, 450 ਤੋਂ ਵੱਧ ਗਿਣਤੀ ਨਹੀਂ ਬਣਦੀ, ਕੋਈ ਕਰਕੇ ਵਿਖਾਓ ਜਿਹੜੇ ਚੁਣ ਕੇ ਹਿੰਦੂ ਹਿੰਦੂ ਕਹਿ ਕੇ ਹਿੰਦੂ ਮਾਰੇ ਆ, ਬਾਕੀ ਕਤਲ ਜਿਹੜੇ ਆ ਉਹ ਤਾਂ ਸਿੱਖਾਂ ਦੇ ਵੀ ਹੋਏ ਆ, ਹਿੰਦੂਆਂ ਦੇ ਵੀ ਹੋਏ ਆ, ਪਤਾ ਨਹੀਂ ਕੌਣ ਕਿਹਨੂੰ ਮਾਰੀ ਜਾ ਰਿਹਾ ਸੀ, ਪਤਾ ਹੀ ਨਹੀਂ ਕਿਹਨੂੰ ਖਾੜਕੂ ਮਾਰ ਰਹੇ ਸੀ, ਦੁਸ਼ਮਣੀਆਂ ਨਿਕਲ ਰਹੀਆਂ ਸੀ, ਕਿਹਨੂੰ ਪੁਲਿਸ ਦੇ ਕੈਟ ਮਾਰ ਰਹੇ ਸੀ। ਇਹ ਸਾਰੀਆਂ ਗੱਲਾਂ ਦੀ ਕੋਈ ਨਿਰਪੱਖ ਏਜੰਸੀਆਂ ਤੋਂ ਜਾਂਚ ਕਦੇ ਕਰਵਾਈ ਨਹੀਂ ਗਈ। ਸੋ ਜਿਹੜੇ ਤਤਕਾਲੀ ਕਾਰਨ ਤਾਂ ਦਰਬਾਰ ਸਾਹਿਬ 'ਤੇ ਹਮਲੇ ਦਾ ਆਧਾਰ ਹੀ ਨਹੀਂ ਬਣਦੇ, ਦਰਬਾਰ ਸਾਹਿਬ 'ਤੇ ਹਮਲੇ ਦੀ ਤਾਂ ਕੋਈ ਲੋੜ ਹੀ ਨਹੀਂ ਸੀ। ਦਰਬਾਰ ਸਾਹਿਬ 'ਤੇ ਹਮਲਾ ਤਾਂ ਇੱਕ ਬਿਲਕੁਲ ਇੱਕ ਬੇਲੋੜਾ, ਇੱਕ ਹੈਂਕੜ ਭਰਿਆ ਕਦਮ ਜਿਹੜਾ ਭਾਰਤ ਸਰਕਾਰ ਨੇ ਹਿੰਦੁਸਤਾਨੀਆਂ ਨੇ ਚੱਕਿਆ, ਜਿਹਦਾ ਅਸਲ ਦੇ ਵਿੱਚ ਕੋਈ ਆਧਾਰ ਨਹੀਂ ਸੀ। ਜਿਹੜੀ ਸਾਰੀ ਪਹਿਲਾਂ ਦੇ ਹਾਲਾਤ ਆ ਜਿਹੜੇ ਉਹ ਸਾਰੇ ਮੀਡੀਆ ਰਾਹੀਂ ਭਾਰਤੀ ਹਕੂਮਤ ਵੱਲੋਂ ਗਲਤ ਗੱਲਾਂ ਜਿਹੜੀਆਂ ਫੈਬਰੀਕੇਟ ਕੀਤੀਆਂ ਗਈਆਂ, ਗਲਤ ਗੱਲਾਂ ਪੇਸ਼ ਕੀਤੀਆਂ ਗਈਆਂ। ਦਰਬਾਰ ਸਾਹਿਬ 'ਤੇ ਹਮਲੇ ਦਾ ਆਧਾਰ ਆ ਜਿਹੜਾ ਉਹ ਤਾਂ ਸਿੱਖਾਂ ਵੱਲੋਂ ਆਪਣੀ ਵੱਖਰੀ ਹਸਤੀ ਬਰਕਰਾਰ ਰੱਖਣਾ, ਆਪਣਾ ਵੱਖਰਾ ਰਾਹ ਬਰਕਰਾਰ ਰੱਖਣਾ, ਹਿੰਦੁਸਤਾਨ ਦੀ ਹਕੂਮਤ ਦੀ ਈਨ ਨਾ ਮੰਨਣੀ, ਜਿਹੜੀ ਸਿੱਖ ਰੈਜ਼ਿਸਟੈਂਸ ਹੈ ਉਹਦਾ ਰਹਿਣਾ, ਜਿਹੜੀ ਉਹ ਡਿਸਟਰਬੈਂਸ ਸਿੱਖੀ ਪੈਦਾ ਕਰਦੀ ਹੈ ਉਹ ਕਿੰਨੀ ਤਿੱਖੀ ਹੈ, ਜਿਹੜੀ ਚੁਣੌਤੀ ਸਿੱਖੀ ਖੜੀ ਕਰਦੀ ਹੈ, ਇਕੱਲੇ ਸਿੱਖ ਨਹੀਂ ਸਿੱਖੀ ਬੁਨਿਆਦੀ ਰੂਪ 'ਚ ਜਿਹੜੀ ਚੁਣੌਤੀ ਖੜੀ ਕਰਦੀ ਹੈ। ਅਤੇ ਸਿੱਖ ਜਿਵੇਂ ਸੰਤ ਭਿੰਡਰਾਂ ਵਾਲਿਆਂ ਵਰਗੇ ਬੰਦੇ ਸਿੱਖਾਂ 'ਚ ਵਾਰ ਵਾਰ ਪੈਦਾ ਹੋ ਕੇ ਪੁਰਾਣੀ ਸਿੱਖੀ ਦੀ ਰੂਹ ਨੂੰ ਮੁੜ ਮੁੜ ਉਹ ਸੁਰਜੀਤ ਕਰ ਰਹੇ ਹੈ, ਉਹ ਚੀਜ਼ ਜਿਹੜੀ ਇਹਨਾਂ ਨੂੰ ਪਰੇਸ਼ਾਨ ਕਰਦੀ ਹੈ, ਉਹਦੇ ਕਰਕੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਤਤਕਾਲੀ ਕਾਰਨਾਂ ਕਰਕੇ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਹੋਇਆ। ਸਰਦਾਰ ਪ੍ਰਭਸ਼ਰਨਦੀਪ ਸਿੰਘ ਜੀ, ਜਿਸ ਤਰ੍ਹਾਂ ਜਿਹੜਾ ਤਾਂ ਇੱਕ ਤਾਂ ਵਰਗ ਆ ਜਿਹੜਾ ਦਿੱਲੀ ਦੇ ਮਨਸੂਬਿਆਂ ਪ੍ਰਤੀ ਕਹਿ ਲਓ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਮਝ ਰੱਖਦਾ, ਉਹ ਠੀਕ ਆ 100% ਇਹ ਗੱਲ ਨਾ ਵੀ ਮੰਨੇ ਪਰ ਬਹੁਤ ਰੂਪ 'ਚ ਇਹ ਗੱਲ ਮੰਨਦਾ ਵੀ ਜੋ ਦਿੱਲੀ ਦੀ ਭੈਣਤੜਾ ਸੀ ਜਾਂ ਦਿੱਲੀ ਦੀ ਪਹੁੰਚ ਸੀ ਉਹ ਕਿਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ। ਪਰ ਜਿਸ ਤਰ੍ਹਾਂ ਆਪਾਂ ਜਦੋਂ ਇਹਨੂੰ ਤੀਜਾ ਘੱਲੂਘਾਰਾ ਕਹਿੰਦੇ ਹਾਂ ਜੂਨ 1984 ਦੇ ਹਮਲੇ ਨੂੰ, ਪਹਿਲੇ ਦੋ ਘੱਲੂਘਾਰਿਆਂ ਦੇ ਬਾਰੇ 'ਚ ਅਤੇ ਇਹਦੇ ਬਾਰੇ 'ਚ ਜਿਹੜੀ ਸਾਡੀ ਕੌਮ ਆ ਉਹਦੇ ਵਿੱਚ ਇੱਕ ਰਾਏ ਨਾ ਹੋਣੀ ਅਤੇ ਜਾਂ ਕਹਿ ਲਓ ਕਿ ਵੱਖੋ ਵੱਖਰੇ ਵਿਚਾਰ ਹੋਣੇ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇੱਕ ਸਿੱਖ ਬੁੱਧੀਜੀਵੀ ਦੇ ਤੌਰ 'ਤੇ ਆਪਦੀ ਨੁਕਤਾ ਨਿਗਾਹ ਤੋਂ ਵੀ ਉਹਦਾ ਕਾਰਨ ਕੀ ਆ? ਪਹਿਲਿਆਂ ਮੁੱਦਿਆਂ ਦੇ ਉੱਤੇ ਪਹਿਲਿਆਂ ਦੋਨਾਂ ਘੱਲੂਘਾਰਿਆਂ ਵੇਲੇ ਜਿਹੜੀ ਕੌਮ ਆ ਇੱਕਜੁੱਟ ਆ,
ਉਹ ਬਿਲਕੁਲ ਦ੍ਰਿੜਾ ਕਿ ਸਾਡੇ 'ਤੇ ਮਾਰ ਹੋਈ ਆ, ਅਸੀਂ ਕੋਈ ਗੱਲ ਨਹੀਂ, ਗੁਰੂ ਕਿਰਪਾ ਰੱਖੇ ਅਸੀਂ ਜਵਾਬ ਦੇਵਾਂਗੇ। ਪਰ ਇਸ ਵੇਲੇ ਜਿਹੜਾ ਇਹ ਸਾਡੇ 'ਚ ਬਖੇੜਾ ਆਇਆ ਵਿਚਾਰਾਂ ਦਾ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਜਿਹੜਾ ਪਹਿਲੇ ਘੱਲੂਘਾਰੇ ਹੋਏ ਮੁਗਲਾਂ ਦੇ ਦੌਰ ਦੇ ਵਿੱਚ, ਜਿਹੜਾ ਮੁਗਲਾਂ ਦਾ ਕੰਮ ਕਰਨ ਦਾ ਤਰੀਕਾ ਸੀ ਉਹ ਸੀ ਕਿ ਉਹਨਾਂ ਨੇ ਇੱਕ ਆਪਣਾ ਰਾਹ ਡਿਫਾਈਨ ਕੀਤਾ, ਜਿਹੜਾ ਉਹ ਰਾਹ ਨਾਲ ਸਹਿਮਤ ਨਹੀਂ ਉਹਦੇ ਨਾਲ ਸਿੱਧੀ ਲੜਾਈ ਦੇ ਰਹੇ ਆ। ਸੋ ਸਾਡੀ ਸਿੱਧੀ ਸਰੀਰਕ ਤੌਰ 'ਤੇ ਲੜਾਈ ਹੋਈ ਉਹਨਾਂ ਨਾਲ ਆਹਮੋ ਸਾਹਮਣੇ, ਜਿਹਦੇ 'ਚ ਅਖੀਰ ਨੂੰ ਅਸੀਂ ਜਿੱਤੇ ਵੀ। ਜਿਵੇਂ ਲੜਾਈ ਦੀਆਂ ਕੋਈ ਕਦਰਾਂ ਕੀਮਤਾਂ ਸੀ, ਲੜਾਈ ਦਾ ਕੋਈ ਮਿਆਰ ਸੀ, ਕੋਈ ਜਿਹੜੇ ਵਿੱਚੋਂ ਹੋਰ ਪੱਧਰ 'ਤੇ ਜਿਹੜੀ ਮਾਨਸਿਕ ਪੱਧਰ 'ਤੇ ਸੱਭਿਆਚਾਰਕ ਪੱਧਰ 'ਤੇ ਲੜਾਈ ਜਿਹੜੀ ਹੈ ਉਹ ਨਹੀਂ ਸੀ ਚੱਲ ਰਹੀ ਮੁਗਲੀਆ ਹਕੂਮਤ ਵੱਲੋਂ। ਜਿਹੜੀ ਮਾਡਰਨ ਨੇਸ਼ਨ ਸਟੇਟ ਅੰਗਰੇਜ਼ਾਂ ਦੇ ਨਾਲ ਆਈ ਆ, ਜਿਹਨੂੰ ਹਿੰਦੂਆਂ ਨੇ 1947 ਦੇ ਵਿੱਚ ਅੰਗਰੇਜ਼ਾਂ ਤੋਂ ਇਨਹੈਰਿਟ ਕੀਤਾ, ਉਹ ਲੜਾਈ ਸਿਰਫ ਤੁਹਾਨੂੰ ਸਰੀਰਕ ਪੱਧਰ 'ਤੇ ਨਹੀਂ ਦਿੰਦੀ। ਜੈਨੋਸਾਈਡ ਇਹ ਕਰਦੇ ਆ ਬਹੁਤ ਵੱਡੇ ਪੱਧਰ 'ਤੇ। ਸੋ ਸਰੀਰਕ ਤੌਰ 'ਤੇ ਲੋਕਾਂ ਦੀ ਨਸਲਕੁਸ਼ੀ ਕਰਨੀ, ਉਹਨਾਂ ਦਾ ਵਡਾਂਗਾ ਕਰਨਾ ਅੰਗਰੇਜ਼ਾਂ ਨੇ ਵੀ ਬਹੁਤ ਕੀਤਾ, ਹਿੰਦੂਆਂ ਨੇ ਵੀ ਕੀਤਾ, ਜ਼ਰੂਰ ਕਰਦੇ ਆ, ਪਰ ਇਹ ਇੱਥੋਂ ਤੱਕ ਸੀਮਤ ਨਹੀਂ। ਇਹ ਡਿਸਕੋਰਸ ਖੜਾ ਕਰਦੇ ਆ ਬੜਾ ਪਾਵਰਫੁਲ, ਉਹ ਫਿਲੋਸੋਫੀਕਲ ਡਿਸਕੋਰਸ ਦੇ ਰਾਹੀਂ ਇਹ ਪਹਿਲਾਂ ਤੁਹਾਡੀ ਕੌਮ ਦੇ ਅੰਦਰ ਵੜਦੇ ਆ, ਅੰਦਰ ਵੜ ਕੇ ਤੁਹਾਡੀ ਕੌਮ ਨੂੰ ਅੰਦਰੋਂ ਟਰਾਂਸਫਾਰਮ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਡਾ ਅੰਦਰੋਂ ਹੀ ਕਾਇਆਕਲਪ ਹੋ ਜਾਏ, ਕਿ ਸਿੱਖ ਸਿੱਖੀ ਬਾਰੇ ਉਸ ਤਰ੍ਹਾਂ ਮਹਿਸੂਸ ਨਾ ਕਰੇ ਜਿਵੇਂ ਹੁਣ ਧਰਮ ਬਾਰੇ ਆਪਾਂ ਪਹਿਲਾਂ ਗੱਲ ਕੀਤੀ, ਧਰਮ ਦੇ ਸੰਕਲਪ ਬਾਰੇ ਕਿ ਅਸੀਂ ਕੀ ਸਮਝਦੇ ਹਾਂ। ਜਿਹੜਾ ਇੱਕ ਬਹੁਤ ਵੱਡੀ ਗਿਣਤੀ ਹੈ ਸਾਡੀ ਕੌਮ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ, ਉਹ ਧਰਮ ਦੀ ਜਿਹੜੀ ਨਵੀਂ ਵਿਆਖਿਆ ਉਹ ਉਹਨੂੰ ਮੰਨ ਚੁੱਕੇ ਆ ਕਿ ਧਰਮ ਇਹੀ ਹੁੰਦਾ। ਸੋ ਜਿਹੜੇ ਬੁਨਿਆਦੀ ਧਾਰਨਾਵਾਂ ਜ਼ਿੰਦਗੀ ਬਾਰੇ ਉਹ ਸਟੇਟ ਨਿਸ਼ਚਿਤ ਕਰ ਦਿੰਦੀ ਹੈ, ਲੋਕਾਂ ਦਾ ਜਿਹੜਾ ਨਜ਼ਰੀਆ ਬੇਸਿਕ ਉਹ ਸ਼ੇਪ ਕਰਨ ਲਈ ਸਟੇਟ ਕੋਲ ਏਜੰਸੀਜ਼ ਬਹੁਤ ਜ਼ਿਆਦਾ ਹੈ, ਪ੍ਰਾਇਮਰੀ ਸਕੂਲ, ਹਾਈ ਸਕੂਲ, ਯੂਨੀਵਰਸਿਟੀ, ਮੀਡੀਆ ਅਤੇ ਜਿਹੜੀਆਂ ਵਿਦਵਾਨਾਂ ਵੱਲੋਂ ਇਤਿਹਾਸ ਦੀਆਂ, ਫਲਸਫੇ ਦੀਆਂ, ਸਿਆਸੀ ਚਿੰਤਨ ਦੀਆਂ ਜਿਹੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ, ਸਾਹਿਤ ਰਚਿਆ ਜਾਂਦਾ, ਕਵਿਤਾਵਾਂ ਲਿਖੀਆਂ ਜਾਂਦੀਆਂ, ਉਹ ਸਾਰੇ ਦੇ ਰਾਹੀਂ ਜਿਹੜੀ ਸਟੇਟ ਦੀ ਮਸ਼ੀਨਰੀ ਆ ਨਾ ਉਹ ਹਮਲਾ ਬਹੁਪੱਖੀ ਹੈ। ਮੁਗਲੀਆ ਹਕੂਮਤ ਵੇਲੇ ਜਿਹੜੀ ਲੜਾਈ ਸੀ ਉਹ ਲੜਨ ਲਈ ਸਿੱਖ ਪੂਰੀ ਤਰ੍ਹਾਂ ਤਿਆਰ ਸੀ। ਅੰਗਰੇਜ਼ਾਂ ਦੇ ਆਉਣ ਨਾਲ ਜਿਹੜਾ ਸਿੱਖਾਂ ਦਾ ਬੌਧਿਕ ਨੈਟਵਰਕ ਸੀ ਸਾਰਾ, ਉਹ ਬੜਾ ਕਮਾਲ ਦਾ ਬਣਿਆ ਹੋਇਆ ਸੀ ਉਸ ਵੇਲੇ, ਐਜੂਕੇਸ਼ਨ ਸਿੱਖਾਂ ਦੀ ਬੜੀ ਕਮਾਲ ਸੀ ਅੰਗਰੇਜ਼ਾਂ ਵੇਲੇ, ਉਹ ਡੈਲੀਬਰੇਟਲੀ ਅੰਗਰੇਜ਼ਾਂ ਨੇ ਤਬਾਹ ਕੀਤਾ। ਉਹ ਬੌਧਿਕ ਨੈਟਵਰਕ ਦੁਬਾਰਾ ਨਹੀਂ ਖੜਾ ਹੋ ਸਕਿਆ ਸਿੱਖਾਂ ਦਾ। ਜਿਵੇਂ ਇੰਡੀਵਿਜੁਅਲ ਜਿਹੜੇ ਬੁੱਧੀਜੀਵੀ ਆ ਕਾਫੀ ਚੰਗੇ ਪੈਦਾ ਹੋਏ, ਪਰ ਸਿੰਘ ਸਭਾ ਨੇ ਜਿਹੜਾ ਰਜਿਸਟ ਕੀਤਾ ਮਾੜਾ ਮੋਟਾ, ਉਹ ਵੀ 1935 ਤੱਕ ਚੱਲਿਆ। 1935 ਦੇ ਤੋਂ ਬਾਅਦ ਜਦੋਂ ਖੱਬੇ ਪੱਖੀ ਆਏ, ਖੱਬੇ ਪੱਖੀਆਂ ਨੇ ਜਿਹੜੀ ਮਾਡਰਨ ਸੈਕੂਲਰ ਨੇਸ਼ਨ ਸਟੇਟ ਆ ਉਸੇ ਦੇ ਏਜੰਡੇ ਨੂੰ ਐਡਵਾਂਸ ਕੀਤਾ। ਉਸ ਤੋਂ ਬਾਅਦ 1935 ਤੋਂ ਬਾਅਦ ਜਿਹੜਾ ਪੰਜਾਬੀ ਸਾਹਿਤ ਹੈ ਜਾਂ ਪੰਜਾਬ ਦਾ ਚਿੰਤਨ ਹੈ ਉਹਦੇ 'ਚੋਂ ਸਿੱਖ ਲਗਾਤਾਰ ਜਿਹੜੇ ਮਾਰਜਨ ਲਾਈ ਹੁੰਦੇ ਜਾ ਰਹੇ ਆ। ਸੋ ਜਿਹੜੇ ਸਿੱਖਾਂ ਦੀ ਇਹ ਜਿਹੜਾ ਨਾਕਾਮਯਾਬੀ ਹੈ ਆਪਣੇ ਬੌਧਿਕ ਅਦਾਰੇ ਖੜੇ ਨਾ ਕਰ ਸਕਣੇ, ਕੋਈ ਮਜ਼ਬੂਤ ਜਿਹੜੀ ਬੌਧਿਕ ਮੂਵਮੈਂਟ ਖੜੀ ਨਾ ਕਰ ਸਕਣੀ, ਤੇ ਕੌਮ ਨੂੰ ਸਿੱਖਾਂ ਵੱਲੋਂ ਸਟੇਟ ਦੇ ਪੈਰਲਲ ਇੱਕ ਨਿਰੰਤਰ ਜਿਹੜੀ ਬੌਧਿਕ ਫੀਡਬੈਕ ਹੈ ਉਹ ਨਾ ਮਿਲਣ ਕਰਕੇ ਜਿਹੜੀ ਸਟੇਟ ਹੈ ਉਹਦੇ ਨਾਲ ਇੱਕ ਜਿਹੜਾ ਮੇਜਰ ਫਰੰਟ ਸੀ ਲੜਾਈ ਦਾ ਉਹ ਅਸੀਂ ਖਾਲੀ ਛੱਡ ਗਏ। ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇਹ ਵੱਡੀ ਕੰਟਰੀਬਿਊਸ਼ਨ ਵੀ ਹੈ ਕਿ ਉਹਨਾਂ ਨੇ ਇੱਕ ਵਿਚਾਰ ਦਾ ਪ੍ਰਵਾਹ ਲਿਆਂਦਾ ਜਿਹੜਾ ਕਿ ਮਾਡਰਨ ਨੇਸ਼ਨ ਸਟੇਟ ਨੂੰ ਰੈਡੀਕਲੀ ਚੈਲੰਜ ਕਰ ਰਿਹਾ। ਇੱਕ ਧਰਮ ਦੀ ਜਿਹੜੀ ਅੰਗਰੇਜ਼ਾਂ ਵੱਲੋਂ ਸਥਾਪਿਤ ਕੀਤੀ ਵਿਆਖਿਆ ਨੂੰ ਬੁਨਿਆਦੀ ਤੌਰ 'ਤੇ ਰੱਦ ਕਰ ਰਿਹਾ,
ਸਿੱਖੀ ਦੀ ਪੁਰਾਣੀ ਵਿਆਖਿਆ, ਸਿੱਖੀ ਦੀ ਪੁਰਾਣੀ ਰੂਹ ਜਿਹੜੀ ਕਿ ਪ੍ਰੀ ਮਾਡਰਨ ਹੈ, ਪ੍ਰੀ ਕਲੋਨੀਅਲ ਆ, ਉਹਨੂੰ ਦੁਬਾਰਾ ਉਹ ਬਿਰਤਾਂਤ ਸਥਾਪਿਤ ਕਰ ਰਿਹਾ। ਉਹਦੇ ਚੋਂ ਜਿਹੜੀ ਰਿਵਾਈਵਲ ਹੈ ਉਹ ਇਕੱਲੀ ਇੱਕ ਸਿਆਸੀ ਮੁਹਾਜ਼ ਦੀ ਨਹੀਂ, ਰਿਵਾਈਵਲ ਬਾਣੀ ਤੇ ਬਾਣੇ ਦੀ ਹੈ, ਰਿਵਾਈਵਲ ਸਿੱਖੀ ਦੀ ਹੈ। ਸਿੱਖੀ ਦੀ ਪੁਨਰ ਸੁਰਜੀਤੀ ਦੇ ਵਿੱਚੋਂ ਜਿਹੜਾ ਸਿੱਖਾਂ ਦਾ ਸਿਆਸੀ ਰਾਹ ਹੈ ਉਹਦੀ ਪੁਨਰ ਸੁਰਜੀਤੀ ਹੋ ਰਹੀ ਹੈ। ਜਿਹੜੀ ਸੰਤ ਭਿੰਡਰਾਂ ਵਾਲਿਆਂ ਦੀ ਕੰਟਰੀਬਿਊਸ਼ਨ ਹੈ ਉਹ ਇੱਕ ਸੰਤ ਸਿਪਾਹੀ ਦੇ ਨਾਲ ਨਾਲ ਇੱਕ ਵਿਚਾਰਵਾਨ ਦੇ ਤੌਰ 'ਤੇ, ਇੱਕ ਵਿਦਵਾਨ ਦੇ ਤੌਰ 'ਤੇ ਉਹਨਾਂ ਦੀ ਜਿਹੜੀ ਵਿਲੱਖਣ ਕੰਟਰੀਬਿਊਸ਼ਨ ਹੈ, ਪਰ ਕੌਮ ਦੇ ਵਿੱਚ ਬਹੁਤ ਸਾਰਾ ਦੇ ਹਿੱਸੇ ਹੋਇਆ ਕਰਦੇ ਆ, ਬਹੁਤ ਵੱਖੋ ਵੱਖ ਕਿਸਮ ਦੇ ਜਿਹੜੇ ਜਿਹਨਾਂ ਦੇ ਬੌਧਿਕ ਧਰਾਤਲਾਂ ਨੂੰ ਦੀ ਨੁਮਾਇੰਦਗੀ ਕਰਦੇ ਹਿੱਸੇ ਹੁੰਦੇ ਆ ਕੌਮ ਦੇ ਵਿੱਚ, ਵੱਖੋ ਵੱਖਰੇ ਮਾਇੰਡਸੈਟ ਵਾਲੇ ਲੋਕ ਹੁੰਦੇ ਆ, ਉਹਨਾਂ ਨੂੰ ਵੱਖੋ ਵੱਖ ਪੱਧਰਾਂ 'ਤੇ ਸੰਬੋਧਿਤ ਹੋਣ ਦੀ ਲੋੜ ਆ। ਜਿਵੇਂ ਮਿਸਾਲ ਦੇ ਤੌਰ 'ਤੇ ਕੁਛ ਲੋਕਾਂ ਨੇ ਡੂੰਘੇ ਫਿਲਾਸਫਰ ਨੂੰ ਹੀ ਪੜ੍ਹਨਾ, ਕੁਛ ਲੋਕਾਂ ਨੇ ਸਿਆਸੀ ਚਿੰਤਨ ਨੂੰ ਪੜ੍ਹਨਾ, ਕੁਛ ਲੋਕਾਂ ਨੇ ਢਾਡੀਆਂ ਨੂੰ ਹੀ ਸੁਣਨਾ, ਕੁਛ ਲੋਕਾਂ ਨੇ ਕਿਸੇ ਕਥਾਕਾਰ ਦਾ ਜਿਹੜਾ ਬਿਰਤਾਂਤ ਹੈ ਉਹੀ ਸੁਣਨਾ। ਸੋ ਅੱਡੋ ਅੱਡ ਲੋਕਾਂ ਦਾ ਮਾਨਸਿਕ ਪੱਧਰ ਹੈ, ਅੱਡੋ ਅੱਡ ਲੋਕਾਂ ਦਾ ਬੌਧਿਕ ਪੱਧਰ ਹੈ, ਉਹਨੂੰ ਅੱਡੋ ਅੱਡ ਤਰੀਕਿਆਂ ਨਾਲ ਐਡਰੈਸ ਕਰਨ ਦੀ ਲੋੜ ਸੀ। ਉਹ ਨੈਟਵਰਕ ਕਿਹੜਾ ਇੰਟਲੈਕਚੁਅਲ ਨੈਟਵਰਕ ਹੈ ਉਹ ਸਿੱਖਾਂ ਕੋਲ ਹੈ ਨਹੀਂ ਸੀ, ਅਤੇ ਸਟੇਟ ਕੋਲ ਉਹ ਨੈਟਵਰਕ ਜਿਹੜਾ ਉਹ ਬਹੁਤ ਸਫਿਸਟੀਕੇਟਡ ਸੀ। ਬੁੱਧੀਜੀਵੀਆਂ ਦੀ ਵੀ ਕਮੀ ਨਹੀਂ ਸੀ, ਐਜੂਕੇਸ਼ਨ ਵੀ ਉਹ ਕੰਟਰੋਲ ਕਰਦੇ ਆ, ਮੀਡੀਆ ਵੀ ਉਹ ਕੰਟਰੋਲ ਕਰਦੇ ਆ। ਸੋ ਉਹ ਫਰੰਟ ਹੀ ਵਿਹਲਾ ਰਹਿ ਗਿਆ ਜਿਹੜਾ ਕਿ ਅੱਜ ਦੇ ਦੌਰ 'ਚ ਜ਼ਿਆਦਾ ਅਹਿਮ ਫਰੰਟ ਆ। ਉਹ ਉਹਦੇ ਕਰਕੇ ਜਿਹੜੇ ਸਿੱਖ ਆ ਉਹ ਸਾਰੀ ਗੱਲ ਨੂੰ ਸੰਭਾਲ ਨਹੀਂ ਸਕੇ, ਆਪਣੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਇਕਸੁਰ ਨਹੀਂ ਰੱਖ ਸਕੇ, ਕਈ ਤਰ੍ਹਾਂ ਦਾ ਖੰਡਾ ਜਿਹੜਾ ਕੌਮ ਦੇ ਅੰਦਰ ਉਹ ਵੇਖਣ ਦੇ ਵਿੱਚ ਆਇਆ, ਅਤੇ ਉਹ ਉਸੇ ਨੂੰ ਜਿਹੜਾ ਉਸ ਜਿਹੜਾ ਇੰਟਲੈਕਚੁਅਲ ਪ੍ਰੋਜੈਕਟ ਨੇਸ਼ਨ ਸਟੇਟ ਨੂੰ ਡਿਫਾਈਨ ਕਰ ਰਿਹਾ, ਅਸੀਂ ਅੱਜ ਉਸੇ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੀਆਂ ਮਾਡਰਨਿਸਟ ਫਾਊਂਡੇਸ਼ਨਸ ਹੈ ਨੇਸ਼ਨ ਸਟੇਟ ਦੀਆਂ ਜਨਰਲ, ਅਤੇ ਇੰਡੀਅਨ ਨੇਸ਼ਨ ਸਟੇਟ ਦੀਆਂ, ਇੰਡੀਅਨ ਸੈਕੂਲਰਿਜ਼ਮ ਦੀਆਂ, ਉਹਦੇ ਪਿੱਛੇ ਕੰਮ ਕਰਦੀ ਰਿਲੀਜਨ ਦੀ ਡੈਫੀਨੇਸ਼ਨ, ਉਹਨੂੰ ਨਿਰੰਤਰ ਫੀਡਬੈਕ ਦਿੰਦਾ, ਨਿਰੰਤਰ ਉਹਨੂੰ ਸਹਾਰਾ ਦਿੰਦਾ ਜਿਹੜਾ ਲੈਫਟਿਸਟ ਡਿਸਕੋਰਸ ਆ, ਅਸੀਂ ਉਹ ਸਾਰੇ ਨੂੰ ਉਹਦੀਆਂ ਜਿਹੜੀਆਂ ਬੁਨਿਆਦੀ ਧਾਰਨਾਵਾਂ ਹੈ ਉਹ ਸਾਰੇ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਅੰਤਮ ਕੁਛ ਨਹੀਂ। ਇਹ ਫਲਸਫਾ ਜਿੱਥੇ ਪੱਛਮ ਦੇ ਵਿੱਚ ਪੈਦਾ ਹੋਇਆ ਉੱਥੇ ਫਲਸਫਾ ਰੱਦ ਹੋਏ ਨੂੰ ਵੀ ਕੋਈ 60-70 ਸਾਲ ਜਿਹੜੇ ਘੱਟੋ ਘੱਟ ਉਹ ਹੋ ਚੁੱਕੇ ਆ। ਜੇ ਪਿੱਛੇ ਹਾਈਡੇਕਰ ਤੱਕ ਜਾਈਏ ਤਾਂ ਆਪਾਂ ਕਹਿ ਸਕਦੇ ਹਾਂ ਸੈਕਿੰਡ ਵਰਲਡ ਵਾਰ ਤੋਂ ਪਹਿਲਾਂ ਹੀ ਜਿਹੜੀ 1920s ਦੇ ਵਿੱਚ ਬਹੁਤ ਸਟਰੋਂਗਲੀ ਜਿਹੜੀ ਮੈਟਾਫਿਜ਼ੀਕਲ ਥਿੰਕਿੰਗ ਹੈ ਵੈਸਤੀ, ਉਹਨੂੰ ਵੱਡੇ ਫਿਲੋਸਫਰਾਂ ਨੇ ਕਾਮਯਾਬੀ ਨਾਲ ਚੁਣੌਤੀ ਦੇ ਦਿੱਤੀ ਸੀ, ਅਤੇ ਸਿੱਖਾਂ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਉਹ ਘਸਿਆ ਪਿਟਿਆ ਪੁਰਾਣਾ ਚਿੰਤਨ ਹੈ, 200 ਸਾਲ ਪੁਰਾਣਾ, 225 ਸਾਲ ਪੁਰਾਣਾ, ਉਹ ਅਜੇ ਤੱਕ ਚੱਲ ਰਿਹਾ ਹੈ। ਸਿੱਖਾਂ ਨੂੰ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਦੇ ਨਵੇਂ ਜਿਹੜੇ ਵਿਦਵਾਨ ਪੈਦਾ ਹੋਣ, ਵਿਦਵਾਨਾਂ ਦੇ ਪੋਸ਼ ਪੈਦਾ ਹੋਣ, ਉਹਦੇ 'ਚੋਂ ਜਿਹੜੇ ਬੌਧਿਕ ਅਦਾਰੇ, ਵਿੱਦਿਅਕ ਅਦਾਰੇ ਜਿਹੜੇ ਆ ਸਿੱਖ ਆਪਣੇ ਨਿੱਜੀ ਤੌਰ 'ਤੇ ਉਹ ਖੜ੍ਹੇ ਕਰਨ, ਅਤੇ ਇੱਕ ਬੌਧਿਕ ਮੂਵਮੈਂਟ ਜਿਹੜੀ ਹੈ ਇੰਟਲੈਕਚੁਅਲ ਮੂਵਮੈਂਟ ਨਾਲ ਨਾਲ ਚੱਲੇ, ਤਾਂ ਹੀ ਇਹਨਾਂ ਜਿਹੜੀਆਂ ਸਟੇਟ ਦੇ ਇਸ ਤਰ੍ਹਾਂ ਦੇ ਐਕਸੈਸ ਨੂੰ ਠੱਲ ਪਾਈ ਜਾ ਸਕਦੀ ਹੈ ਅਤੇ ਰਜਿਸਟ ਕੀਤਾ ਜਾ ਸਕਦਾ। ਪ੍ਰਭਸ਼ਰਨਦੀਪ ਸਿੰਘ ਜੀ, ਜਿਹੜੀ ਮੌਜੂਦਾ ਸਿੱਖਾਂ ਦੀ ਸਥਿਤੀ ਆ, ਕਿਉਂਕਿ ਜਦੋਂ ਆਪਾਂ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਨੈਚੁਰਲੀ ਆ ਪਹਿਲੀ ਗੱਲ ਜਿਹੜੀ ਤੁਰੇ ਤੋਂ ਹੀ ਤੁਰਦੀ ਆ ਪੰਜਾਬ ਤੋਂ ਜਾਂ ਜਿੱਥੇ ਸਿੱਖਾਂ ਦੀ ਬਹੁ ਗਿਣਤੀ ਉੱਥੋਂ ਤੁਰਦੀ ਆ, ਉਹਦੇ ਲਈ ਤੁਸੀਂ ਅਕਾਲੀ ਦਲ ਦੇ ਵਿੱਚ ਆਏ ਨਿਗਾਰ, ਅਤੇ ਅਕਾਲੀ ਦਲ ਰਾਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਵਿੱਚ ਆਏ ਨਿਗਾਰ ਨੂੰ ਕੰਮ ਕਾਜ ਦੇ ਵਿੱਚ, ਉਹਨਾਂ ਦੇ ਜੀਵਨ ਦੇ ਵਿੱਚ ਸਮੂਹਕ ਰੂਪ ਦੇ ਵਿੱਚ ਆਏ ਨਿਗਾਰ ਨੂੰ ਕਿੱਥੇ ਤੱਕ ਜਾਣੀ ਕਿ ਮੰਨਦੇ ਹੋ ਵੀ ਉਹ ਪਾਕਿਦਾਰ ਆ? ਦੇਖੋ ਜੀ, ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਪੈਦਾ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦੇ ਵਿੱਚ ਬਣੀ। 1926 ਦੇ ਵਿੱਚ ਹੀ ਮਾਸਟਰ ਤਾਰਾ ਸਿੰਘ ਨੇ ਲੇਖ ਲਿਖਤਾ ਸੀ ਵੀ ਸ਼੍ਰੋਮਣੀ ਕਮੇਟੀ ਬਣਨ ਨਾਲ ਜਿਹੜਾ ਗੁਰਦੁਆਰਿਆਂ ਦੇ ਵਿੱਚ ਚੋਣਾਂ ਦਾ ਸਿਸਟਮ ਆਇਆ ਉਹਦੇ ਦੋ ਪ੍ਰਭਾਵ ਪੈਣਗੇ ਪੰਥ ਦੇ ਉੱਤੇ। ਇੱਕ, ਭ੍ਰਿਸ਼ਟਾਚਾਰ ਆਊਗਾ ਗੁਰਦੁਆਰਿਆਂ 'ਚ,
ਦੂਜਾ ਪੰਥ 'ਚ ਵੰਡੀਆਂ ਪੈਣਗੀਆਂ ਇਹਦੇ ਨਾਲ। ਸੋ ਰੀਅਲਾਈਜ਼ ਤਾਂ ਸਿੱਖਾਂ ਨੇ ਕਰ ਲਿਆ ਸੀ ਨਾਲ ਦੀ ਨਾਲ ਹੀ, ਅਹਿਸਾਸ ਤਾਂ ਸਿੱਖਾਂ ਨੂੰ ਹੋ ਗਿਆ ਸੀ ਕਿ ਕੀ ਹੋਣ ਜਾ ਰਿਹਾ। ਮੈਂ ਇਹਦੇ ਬਾਰੇ ਇਹ ਸਮਝਦਾ ਹਾਂ ਕਿ ਨਿਗਾਰ ਤਾਂ ਆਇਆ ਬਾਅਦ ਦੇ ਵਿੱਚ, ਪਰ ਅਕਾਲੀ ਦਲ ਦੀ ਜਿਹੜੀ ਬੁਨਿਆਦ ਹੈ, ਅਕਾਲੀ ਦਲ ਦੇ ਪੈਦਾ ਹੋਣ ਦੇ ਵਿੱਚ ਹੀ ਨੁਕਸ ਹੈ। 1849 ਦੇ ਵਿੱਚ ਸਿੱਖਾਂ ਦਾ ਰਾਜ ਦੇ ਉੱਤੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ, ਪਹਿਲੀ ਵਾਰੀ ਜਿਹੜੀ ਸਿੱਖਾਂ ਦੀ ਹਾਰ ਹੋਈ। ਇਤਿਹਾਸ ਦੇ ਵਿੱਚ ਫੈਸਲਾ ਕੌਣ ਹਾਰ, ਉਸ ਤੋਂ ਬਾਅਦ ਅੱਜ ਤੱਕ ਸਿੱਖ ਜਿੱਤੇ ਨਹੀਂ। 1849 ਦੀ ਹਾਰ ਤੋਂ ਬਾਅਦ ਸਿੱਖਾਂ ਨੂੰ ਜਥੇਬੰਦ ਹੋ ਕੇ ਆਰ ਪਾਰ ਦੀ ਲੜਾਈ ਲੜ ਕੇ ਆਪਣਾ ਰਾਜ ਹਾਸਲ ਕਰਨ ਲਈ ਲੜਨਾ ਚਾਹੀਦਾ ਸੀ, ਆਪਣਾ ਰਾਜ ਵਾਪਸ ਕਰ ਲੈਣ ਲਈ। ਹੁਣ ਓਫਿਸ਼ੀਅਲ ਫਿਗਰ ਜਿਹੜਾ 85,000 ਹੈ, ਜਿਹੜੇ ਦੋਵਾਂ ਵਰਲਡ ਵਾਰਸ ਦੇ ਵਿੱਚ ਜਿਹੜੇ ਸਿੱਖ ਹੈ ਉਹ ਮਰੇ, ਜੇ 85,000 ਬੰਦਾ ਵੀ ਅੰਗਰੇਜ਼ਾਂ ਦੇ ਖਿਲਾਫ ਲੜ ਕੇ ਮਰਿਆ ਹੁੰਦਾ, ਅੱਜ ਸਾਡਾ ਇਤਿਹਾਸ ਹੋਰ ਹੋਣਾ ਸੀ। ਪਰ 85,000 ਐਕਚੁਅਲ ਫਿਗਰ ਨਹੀਂ, ਲੱਖਾਂ ਦੀ ਤਾਦਾਦ 'ਚ, ਹੁਣ ਨਵੀਂ ਜਿਹੜੀ ਆਰਕਾਈਵਲ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ, ਲੱਖਾਂ ਦੀ ਤਾਦਾਦ 'ਚ ਜਿਹੜੇ ਸਿੱਖ ਹੈ ਉਹ ਅੰਗਰੇਜ਼ਾਂ ਵੱਲੋਂ ਲੜਦੇ ਹੋਏ ਦੋਵਾਂ ਸੰਸਾਰ ਜੰਗਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ। ਜੇ ਲੱਖਾਂ ਲੋਕਾਂ ਨੂੰ ਲਾਮਬੰਦ ਕਰਨ ਵਾਲਾ ਕੋਈ ਹੁੰਦਾ ਅੰਗਰੇਜ਼ਾਂ ਦੇ ਖਿਲਾਫ, ਅੱਜ ਸਿੱਖਾਂ ਦਾ ਇਤਿਹਾਸ ਜੋ ਹੈ, ਸਾਡਾ ਜਿਹੜਾ ਮੁਲਕ 1849 'ਚ ਖੁੱਸਿਆ, ਸਾਡਾ ਮੁਲਕ ਅੱਜ ਸਾਡੇ ਕੋਲ ਹੋਣਾ ਸੀ। ਅਕਾਲੀ ਦਲ ਨੇ ਜਿਹੜਾ ਸਿੱਖਾਂ ਦਾ ਰਾਜ ਦਾ ਨਿਸ਼ਾਨਾ ਸੀ ਉਸੇ ਨੂੰ ਕੰਪਰੋਮਾਈਜ਼ ਕਰ ਲਿਆ। ਅਕਾਲੀ ਦਲ ਨੇ ਸਿੱਖਾਂ ਨੂੰ ਇੰਡੀਆ ਦੀ ਜਿਹੜੀ ਸੋ ਕਾਲਡ ਫਰੀਡਮ ਮੂਵਮੈਂਟ ਹੈ ਉਹਦੀ ਝੋਲੀ ਸੁੱਟਤਾ, ਸਿੱਖਾਂ ਦੀ ਆਜ਼ਾਦੀ ਦੀ ਲਹਿਰ ਨੂੰ। ਨਹੀਂ ਤਾਂ ਜਿਹੜੇ ਗਦਰੀ ਬਾਬੇ ਆ ਉਹਨਾਂ ਚੋਂ ਸਭ ਤੋਂ ਮੇਜਰ ਹਸਤੀ ਪੰਜਾਬ ਦੇ ਵਿੱਚ ਅਖੰਡ ਕੀਰਤਨੀ ਜਥੇ ਵਾਲੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਆਪਣੀ ਕਿਤਾਬ ਜੇਲ੍ਹ ਚਿੱਠੀਆਂ 'ਚ ਸਾਫ਼ ਲਿਖਿਆ ਵੀ ਗਾਂਧੀਵਾਦੀਆਂ ਨਾਲ ਸਾਡਾ ਕੋਈ ਮੇਲ ਨਹੀਂ ਸੀ, ਗਾਂਧੀਵਾਦੀ ਦੇਸ਼ ਲਈ ਲੜ ਰਹੇ ਸੀ ਜਦੋਂ ਕਿ ਅਸੀਂ ਪੰਥ ਲਈ ਲੜ ਰਹੇ ਸੀ, ਸਾਡੀ ਲੜਾਈ ਹੋਰ ਸੀ ਉਹਨਾਂ ਦੀ ਲੜਾਈ ਹੋਰ ਸੀ। ਸੋ 1914 ਤੋਂ 1930 ਤੱਕ ਉਹ ਜੇਲ੍ਹ 'ਚ ਰਹੇ ਹੈ, ਜਿਹੜਾ ਇਹ ਚਿੰਤਨ ਚੱਲਦਾ ਰਿਹਾ। ਭਾਈ ਵੀਰ ਸਿੰਘ ਅੰਦਰੋਂ ਇਸ ਗੱਲ 'ਤੇ ਬੜੇ ਪੱਕੇ ਸੀ, ਪ੍ਰੋਫੈਸਰ ਪੂਰਨ ਸਿੰਘ ਅੰਦਰੋਂ ਇਸ ਗੱਲ 'ਤੇ ਬੜੇ ਪੱਕੇ ਸੀ ਕਿ ਸਿੱਖਾਂ ਦਾ ਜਿਹੜਾ ਵੱਖਰਾ ਮੁਲਕ ਹੋਣਾ ਚਾਹੀਦਾ, ਸਿੱਖਾਂ ਦਾ ਵੱਖਰਾ ਰਾਜ ਹੋਣਾ ਚਾਹੀਦਾ। ਸੋ ਅਕਾਲੀ ਦਲ ਨੇ ਸਿੱਖਾਂ ਨੂੰ ਸਥਾਪਤੀ ਦੇ ਇੱਕ ਜਿਹੜਾ ਕਾਲ ਚੱਕਰ ਦੇ ਵਿੱਚ ਫਸਾਤਾ, ਉਹਦੇ 'ਚ ਲਗਾਤਾਰ ਸਿੱਖ ਘੁੰਮੀ ਜਾ ਰਹੇ ਹੈ, ਜਿਹੜੀਆਂ ਫਰਸਟ੍ਰੇਸ਼ਨਸ ਹੈ ਉਹ ਲਗਾਤਾਰ ਕੌਮ ਦੇ ਪੱਲੇ ਪੈਂਦੀਆਂ ਹੈ। ਕਿਉਂਕਿ ਜਿਹੜਾ ਨੇਸ਼ਨ ਸਟੇਟ ਦੇ ਵਿਧਨ ਜਦੋਂ ਤੁਸੀਂ ਮਾੜੇ ਮੋਟੇ ਸੰਘਰਸ਼ ਕਰਦੇ ਹਾਂ ਜਿਹੜੇ ਅਕਾਲੀ ਦਲ ਨੇ ਕੀਤੇ ਹੈ, ਉਹ ਨੇਸ਼ਨ ਸਟੇਟ ਅਤੇ ਇਹਦੇ ਨਾਲ ਜੁੜੀ ਜਮਹੂਰੀਅਤ ਨੂੰ ਪੱਕਿਆਂ ਕਰਨ ਲਈ ਕੰਮ ਕਰਦੇ ਆ, ਇਹਨੂੰ ਬੁਨਿਆਦੀ ਤੌਰ 'ਤੇ ਚੁਣੌਤੀ ਨਹੀਂ ਦਿੰਦੇ। ਸੰਤ ਭਿੰਡਰਾਂ ਵਾਲਿਆਂ ਨੇ ਇਹਨੂੰ ਬੁਨਿਆਦੀ ਤੌਰ 'ਤੇ ਚੁਣੌਤੀ ਦਿੱਤੀ। ਸੋ ਅਕਾਲੀ ਦਲ ਤਾਂ ਬੁਨਿਆਦੀ ਤੌਰ 'ਤੇ, ਅਕਾਲੀ ਦਲ ਤੁਰਿਆ ਹੀ ਰਾਹ ਗਲਤ 'ਤੇ ਆ, ਉਹ ਤਾਂ ਸਥਾਪਤੀ ਨੂੰ ਅਪਰੋਪਰੀਏਟ ਕਰਨ ਲਈ, ਉਹਨੂੰ ਚੰਗੀ ਤਰ੍ਹਾਂ ਅਸਟੈਬਲਿਸ਼ ਕਰਨ ਦਾ ਕੰਮ ਕਰ ਰਿਹਾ, ਅਤੇ ਸਟੇਟ ਨੇ, ਸੈਂਟਰਲ ਸਟੇਟ ਨੇ ਸਿੱਖਾਂ ਨੂੰ ਲਗਾਤਾਰ ਇਹ ਮੈਸੇਜ ਦਿੱਤਾ ਕਿ ਤੁਸੀਂ ਚੋਣਾਂ ਜਿੱਤ ਕੇ ਪੰਜਾਬ 'ਚ ਸਰਕਾਰ ਬਣਾ ਸਕਦੇ ਹਾਂ ਪਰ ਚਲਾ ਨਹੀਂ ਸਕਦੇ। 1997 'ਚ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਹੈ, ਉਸ ਤੋਂ ਪਹਿਲਾਂ ਕਿਸੇ ਵੀ ਅਕਾਲੀ ਸਰਕਾਰ ਨੇ 5 ਸਾਲ ਪੂਰੇ ਨਹੀਂ ਕੀਤੇ ਪੰਜਾਬ ਦੇ ਵਿੱਚ। ਹੁਣ ਅਕਾਲੀ ਸਰਕਾਰ 5 ਸਾਲ ਪੂਰੇ ਕਰ ਰਹੀ ਹੈ, ਕਿਉਂਕਿ ਹੁਣ ਜਿਹੜੀ ਬਾਦਲ ਸਰਕਾਰ ਹੈ ਉਹ ਤਾਂ RSS ਦਾ ਏਜੰਡਾ ਪੰਜਾਬ ਦੀ ਧਰਤੀ 'ਤੇ ਹੀ ਨਹੀਂ, ਸ਼੍ਰੋਮਣੀ ਕਮੇਟੀ 'ਚ ਵੀ ਲਾਗੂ ਕਰੀ ਜਾ ਰਹੇ ਹੈ। ਉਹਨਾਂ ਨੇ ਸਿੱਧਾ ਐਕਸੈਸ ਹੀ ਦੇਤਾ ਜਿਹੜਾ ਸਿੱਖਾਂ ਦੇ ਹਿੰਦੂ ਕਰਨ ਦਾ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਲਾਉਣ ਦਾ, ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦਾ। ਸੋ ਜਦੋਂ ਤੱਕ ਅਕਾਲੀ ਦਲ ਇੰਨਾ ਨਿਗਰਿਆ ਨਹੀਂ ਸੀ ਕਿ ਉਹ ਭਾਰਤ ਸਰਕਾਰ ਦੇ ਬਿਹਾਫ 'ਤੇ ਸਿੱਖਾਂ ਨੂੰ ਤਬਾਹ ਕਰਨ ਵਾਲੀਆਂ ਗੱਲਾਂ ਖੁਦ ਹੀ ਕਰਨ ਲੱਗ ਗਿਆ, ਉਦੋਂ ਤੱਕ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ 'ਚ, ਕਿਸੇ ਚੁਣੀ ਹੋਈ ਸਰਕਾਰ ਨੇ ਕਦੇ 5 ਸਾਲ ਪੂਰੇ ਨਹੀਂ ਕੀਤੇ। ਹੁਣ ਸਰਕਾਰਾਂ ਬਣ ਰਹੀਆਂ ਵਾਰ ਵਾਰ, ਅਤੇ ਇੱਕ ਤੋਂ ਬਾਅਦ ਦੂਜੀ ਟਰਮ ਪੂਰੀ ਕਰ ਰਹੇ ਹੈ, ਖਾਨਦਾਨ ਰਾਜ ਕਰ ਰਿਹਾ, ਕੇਂਦਰ ਦੀਆਂ ਵਜ਼ੀਰੀਆਂ ਮਿਲ ਰਹੀਆਂ। ਜੇ ਪੁਰਾਣੇ ਅਕਾਲੀਆਂ ਵਾਂਗੂ
ਮਾੜਾ ਮੋਟਾ ਰਸਮੀ ਜਾਂ ਸੰਘਰਸ਼ 'ਚ ਇਹ ਵੀ ਕਰਨਗੇ, ਇਹਨਾਂ ਦੀ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਫਿਰ ਲਾਗੂ ਕਰ ਦੇਣਗੇ। ਸੋ ਮੈਸੇਜ ਕਲੀਅਰ ਹੈ, ਤੁਸੀਂ ਸਰਵਾਈਵ ਕਰਨਾ, ਤੁਸੀਂ ਕੋਈ ਮਾੜਾ ਮੋਟਾ ਵੀ ਰਿਜ਼ਿਸਟ ਕਰਨ ਬਾਰੇ ਇੰਡੀਅਨ ਸਟੇਟ ਦੀਆਂ ਪਾਲਿਸੀਜ਼ ਦੇ, ਆਰਐਸਐਸ ਦੀਆਂ ਹਿੰਦੂਤਵੀਆਂ ਪਾਲਿਸੀ ਦੇ, ਜਿਹੜੀਆਂ ਕਿ ਸਟੇਟ ਦੇ ਦੁਆਰਾ ਸਪੋਰਟਡ ਹੀ ਹੈ, ਸਟੇਟ ਤੇ ਆਰਐਸਐਸ ਅੱਡੋ ਅੱਡ ਓਪਰੇਟ ਨਹੀਂ ਕਰ ਰਹੇ, ਇਕੱਠੇ ਹੀ ਓਪਰੇਟ ਕਰ ਰਹੇ ਆ, ਸਪੋਰਟ ਹੈ ਸਟੇ ਆਰਐਸਐਸ ਦੀ ਨੂੰ ਬਕਾਇਦਾ, ਜਿਹੜੀ ਟੈਸਟ ਸਪੋਰਟ ਹੈ ਨਾ। ਸੋ ਇਹ ਉਹਦੇ ਕਰਕੇ ਜਿਹੜੀ ਰਾਜ ਕਰਨ ਵਾਲੀ ਧਿਰ ਹੈ, ਕਰਪਟ ਧਿਰ, ਅਕਾਲੀ ਜਿਹੜੇ ਸਿੱਖਾਂ ਦੇ ਅਕਾਲੀ ਬਾਦਲ ਦਲ ਹੈ ਜਿਵੇਂ, ਉਹਦੇ ਸਾਹਮਣੇ ਕਲੀਅਰ ਮੈਸੇਜ ਹੈ ਕਿ ਰਾਹ ਕੋਈ ਨਹੀਂ ਗਾ। ਜਿਹੜੀ ਇਹ ਸਿਆਸਤ ਹੈ, ਇਹ ਸਿਆਸਤ ਜਾਂਦੀ ਇਸੇ ਪਾਸੇ ਨੂੰ, ਇਹ ਸਿਆਸਤ ਦਾ ਬਾਣੀ ਇਹ ਕੁਛ ਸਕਦਾ ਸੀ। ਸੋ ਸਿੱਖਾਂ ਨੂੰ ਅਕਾਲੀ ਦਲ ਦੀ ਸਿਆਸਤ ਤੋਂ ਕਿਨਾਰਾਕਸ਼ੀ ਕਰਨ ਦੀ ਲੋੜ ਹੈ। ਸਿੱਖਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਮਾਡਲ ਤੋਂ ਸੇਧ ਲੈ ਕੇ ਉਹਨਾਂ ਲੀਹਾਂ 'ਤੇ ਜਿਹੜੀ ਆਪਣੀ ਸਿਆਸੀ ਐਕਟੀਵਿਟੀ ਹੈ ਉਹਨੂੰ ਦੁਬਾਰਾ ਜਿਹੜੀ ਹੈ ਉਹ ਰੀਅਸਟੈਬਲਿਸ਼ ਕਰਨ ਦੀ ਲੋੜ ਹੈ। ਪਰ ਨਾਲ ਜਿਹੜਾ ਬਹੁਤ ਡੂੰਘਾ ਅਤੇ ਬਹੁਤ ਵੱਡੇ ਪੱਧਰ ਦਾ ਜਿਹੜਾ ਇੰਟਲੈਕਚੁਅਲ ਕੰਮ ਆ ਉਹ ਸਿਆਸੀ ਪ੍ਰੋਜੈਕਟ ਦਾ ਪਾਰਟ ਹੋਣਾ ਚਾਹੀਦਾ, ਅਦਰਵਾਈਜ਼ ਇੰਟਲੈਕਚੁਅਲ ਕੰਮ ਬਗੈਰ ਸਿਆਸੀ ਐਕਟੀਵਿਟੀ ਦਾ ਕੋਈ ਫਿਊਚਰ ਨਹੀਂ। ਤੁਸੀਂ ਜਦੋਂ ਹੁਣ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਦੇਖਦੇ ਹੋ ਲੋਕਾਂ ਦੀ, ਕਿਸ ਤਰ੍ਹਾਂ ਉਹ ਕਰਜ਼ੇ ਦੀ ਮਾਰ ਹੇਠ ਆ ਜਿਹੜਾ ਕਿਸਾਨ ਆ, ਕਿਸ ਤਰ੍ਹਾਂ ਨਸ਼ਿਆਂ ਦਾ ਬੋਲਬਾਲਾ, ਕਿਸ ਤਰ੍ਹਾਂ ਜੀਵਨ ਦੇ ਵਿੱਚ ਹਰ ਪੱਧਰ ਦੇ ਉੱਤੇ ਨਿਘਾਰ ਆ ਚੁੱਕਿਆ, ਅਤੇ ਬਾਕੀ ਵੱਖੋ ਵੱਖਰੀ ਜਿਹੜੀ ਵਿਚਾਰਧਾਰਾ ਜਾਂ ਦਿੱਲੀ ਦਾ ਬੋਲਬਾਲਾ, ਆਰਐਸਐਸ ਦਾ ਸਾਰਾ ਕੁਝ ਤੁਸੀਂ ਗੱਲ ਕੀਤੀ ਆ, ਉਹਨੂੰ ਸਾਰੇ ਨੂੰ ਮੱਜੇ ਨਜ਼ਰ ਦੇਖਦੇ ਆ, ਤੁਹਾਨੂੰ ਕੀ ਨਜ਼ਰ ਆਉਂਦਾ ਵੀ ਭਵਿੱਖ ਦੇ ਵਿੱਚ ਕਿਹੜੀਆਂ ਗੱਲਾਂ ਤਬਦੀਲੀ ਲਿਆ ਸਕਦੀਆਂ ਜਾਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਯਾਨੀ ਕਿ ਜਿਹੜੀਆਂ ਕੌਮ ਦੇ ਵਿੱਚ ਇੱਕ ਵੱਖਰੀ ਕਰਵਟ ਦੇ ਸਕਦੀਆਂ ਨੇ, ਅਤੇ ਕਿਸ ਤਰ੍ਹਾਂ ਦਾ ਤੁਹਾਨੂੰ ਭਵਿੱਖ ਨਜ਼ਰ ਆਉਂਦਾ ਉਹਨਾਂ ਸਾਰੀਆਂ ਗੱਲਾਂ 'ਚੋਂ? ਪਹਿਲੀ ਤਾਂ ਗੱਲ ਆ ਜਿਹੜੀ ਪੰਜਾਬ ਦੀ ਆਰਥਿਕਤਾ ਬਾਰੇ ਮੈਂ ਪਹਿਲਾਂ ਟਿੱਪਣੀ ਕਰਨੀ ਚਾਹੁੰਦਾ ਸੰਖੇਪ ਦੇ ਵਿੱਚ, ਉਹ ਇਹ ਹੈ ਕਿ ਪੰਜਾਬ ਦੀ ਆਰਥਿਕਤਾ ਜਿਹੜੀ ਤਬਾਹ ਹੋਈ ਹੈ, ਉਹ 'ਚ ਪਾਣੀ ਦਾ ਖੋਇਆ ਜਾਣਾ ਮੁੱਖ ਹੈ। ਦਰਿਆਈ ਪਾਣੀ ਜਿਹੜਾ ਪੰਜਾਬ ਨੂੰ 5 ਕਰੋੜ 25 ਲੱਖ ਏਕੜ ਫੁੱਟ ਚਾਹੀਦਾ ਸੀ ਸਾਲ ਦਾ, 1 ਕਰੋੜ 5 ਲੱਖ ਏਕੜ ਵਾਹੀਯੋਗ ਜ਼ਮੀਨ ਹੈ ਅਤੇ 1 ਏਕੜ ਨੂੰ 5 ਏਕੜ ਫੁੱਟ ਪਾਣੀ ਚਾਹੀਦਾ ਸਾਲ ਦਾ। ਸੋ 3 ਕਰੋੜ 45 ਲੱਖ ਏਕੜ ਫੁੱਟ ਪੰਜਾਬ ਦੇ ਦਰਿਆਵਾਂ 'ਚੋਂ ਪਾਣੀ ਵਗਦਾ ਸੀ, 1 ਕਰੋੜ 80 ਲੱਖ ਏਕੜ ਫੁੱਟ ਲੋੜ ਤੋਂ ਘੱਟ ਪਾਣੀ ਸੀ, ਜਿਹਦੇ 'ਚੋਂ 60% ਹਰਿਆਣੇ ਅਤੇ ਰਾਜਸਥਾਨ ਨੂੰ ਜਾਂਦਾ ਸੀ। ਸਿੱਟਾ ਕੀ ਨਿਕਲਿਆ? ਪੰਜਾਬ ਜਿਹੜਾ ਧਰਤੀ ਹੇਠਲੇ ਪਾਣੀ 'ਤੇ ਨਿਰਭਰ ਹੋਇਆ, ਜ਼ਮੀਨਾਂ ਕਮਜ਼ੋਰ ਹੋਈਆਂ, ਖਾਦਾਂ ਜ਼ਿਆਦਾ ਵਧੀਆਂ, ਬਿਜਲੀ ਆਉਂਦੀ ਨਹੀਂ ਸੀ, ਡੀਜ਼ਲ 'ਤੇ ਇੰਜਨ ਚੱਲਦੇ ਸੀ, ਦਹਾਕਿਆਂ ਤੱਕ ਲਾਗਤ ਵਧੀ, ਆਮਦਨ ਘਟੀ, ਦਹਾਕਿਆਂ ਤੱਕ ਲੋਕਾਂ ਨੇ ਸਪਰੇਆਂ ਕਰ ਕਰਕੇ ਜ਼ਹਿਰ ਖਾਧੀ ਅਤੇ ਜ਼ਹਿਰ ਪੀਤੀ। ਹੁਣ ਪਤਾ ਹੀ ਨਹੀਂ ਕਿੰਨੀਆਂ ਕੈਂਸਰ ਦੀਆਂ, ਕਿਡਨੀ ਦੀਆਂ, ਹੋਰ ਨਾ ਮੁਰਾਦ ਹਜ਼ਾਰਾਂ ਬਿਮਾਰੀਆਂ ਲੋਕਾਂ ਨੂੰ ਹੋ ਰਹੀਆਂ, ਨਿਰਾਸ਼ਤਾ ਹੋ ਰਹੀ ਹੈ। ਸੋ ਦਹਾਕਿਆਂ ਤੱਕ ਪ੍ਰਵਾਸੀ ਮਜ਼ਦੂਰ ਆ ਜਿਹੜੇ ਭਈਏ ਪੰਜਾਬ ਦੇ ਵਿੱਚ, ਉਹ ਝੋਨਾ ਲਾਉਂਦੇ ਆ ਰਹੇ ਆ। ਹੁਣ ਤੁਸੀਂ ਮੈਨੂੰ ਦੱਸੋ, 1 ਏਕੜ ਲਈ, 1 ਏਕੜ ਨੂੰ ਝੋਨਾ ਲਾਉਣ ਨੂੰ ਕਿੰਨਾ ਕਿੰਨਾ ਚਿਰ ਲੱਗਦਾ? ਹਾਂਜੀ 1 ਏਕੜ 'ਚ ਜਿਹੜਾ ਝੋਨਾ ਲਾਉਣਾ ਹੈ ਹੱਥਾਂ ਨਾਲ, ਉਹਨੂੰ ਕਿੰਨਾ ਟਾਈਮ ਲੱਗਦਾ? ਕੋਈ ਲੰਬਾ ਚੌੜਾ ਟਾਈਮ ਨਹੀਂ ਲੱਗਣਾ ਚਾਹੀਦਾ ਜੇ 2 ਬੰਦੇ ਜਾਂ 4 ਬੰਦੇ ਘਰ ਦੇ ਲਾਉਣ ਵਾਲੇ ਆ, ਯਾਨੀ ਕਿ ਤੁਸੀਂ ਪਰ ਕੁਝ ਕੁ ਘੰਟਿਆਂ 'ਚ ਕਰ ਸਕਦੇ ਹੋ, 1-2 ਘੰਟਿਆਂ, 3 'ਚ ਲਾ ਲਓ, ਚਲੋ। 3 ਘੰਟਿਆਂ 'ਚ ਕਰ ਸਕਦੇ ਹਾਂ ਨਾ। ਹਾਂਜੀ ਇੱਕ ਸਿੰਪਲ ਜੀ ਮਸ਼ੀਨ ਹੈ, ਹਾਂਜੀ ਉਹ 15-20 ਮਿੰਟ ਵੀ ਨਹੀਂ ਲਾਉਂਦੀ। ਨਾ ਇੱਕ ਬੰਦਾ ਸ਼ਾਮ ਤੱਕ 10-15 ਏਕੜ ਜਿਹੜੇ ਆ, ਜਾਂ ਜ਼ਿਆਦਾ ਨਾ ਬਹੁਤ ਜ਼ਿਆਦਾ, 100 ਏਕੜ ਝੋਨੇ ਦੇ ਲਾ ਸਕਦਾ ਇੱਕ ਬੰਦਾ। ਸੋ ਟੈਕਨੋਲੋਜੀ ਇੰਟਰੋਡਿਊਸ ਨਹੀਂ ਕਰਾਈ ਗਈ, ਟੈਕਨੋਲੋਜੀ ਇੰਟਰੋਡਿਊਸ ਨਾ ਹੋਣ ਕਰਕੇ, ਲੋੜੀਂਦੀ ਟੈਕਨੋਲੋਜੀ ਨਾ ਹੋਣ ਕਰਕੇ ਜਿਹੜੀ ਲਾਗਤ ਹੈ ਉਹ ਵੱਧਦੀ ਰਹੀ। ਪੰਜਾਬ ਜਿਹੜਾ ਹੈ ਉਹ ਪੰਜਾਬ ਦੀ ਖੇਤੀ ਨੂੰ ਇੱਥੇ ਟੈਕਨੋਲੋਜੀ ਦੁਨੀਆ 'ਚ ਐਗਜਿਸਟ ਕਰਦੀ ਸੀ,
ਉਹ ਮਸ਼ੀਨਰੀ ਪੰਜਾਬ 'ਚ ਨਾ ਆਉਣ ਦੇ ਕੇ ਡੈਲੀਬਰੇਟਲੀ ਪੰਜਾਬ ਦੀ ਆਰਥਿਕਤਾ ਨੂੰ ਬਿਹਾਰੀ ਮਜ਼ਦੂਰ ਦੀ ਨਿਰਭਰ ਬਣਾਇਆ ਗਿਆ। ਹੁਣ ਜਿਹੜਾ ਬਿਹਾਰੀ ਮਜ਼ਦੂਰ ਦਾ ਪੰਜਾਬ ਦੇ ਵਿੱਚ ਆਉਣਾ ਹੈ ਤੇ ਇੱਥੇ ਸਥਾਪਿਤ ਹੋਣਾ ਹੈ, ਇਹਨੂੰ ਅੰਗਰੇਜ਼ੀ 'ਚ ਸੈਟਲਰ ਕਲੋਨੀਅਲਿਜ਼ਮ ਕਹਿੰਦੇ ਆ। ਜਦੋਂ ਸੈਟਲਰ ਸਟੇਟ ਵੱਲੋਂ ਕਿਸੇ ਇਲਾਕੇ 'ਚ ਲਿਆ ਕੇ ਪਾਏ ਜਾਂਦੇ ਆ, ਜਿਵੇਂ ਲੋਕ ਕਹਿੰਦੇ ਆ ਵੀ ਤੁਸੀਂ ਭਈਆਂ ਦੇ ਬੜਾ ਖਿਲਾਫ਼ ਬੋਲਦੇ ਆ, ਆਪ ਸਾਰੇ ਬਾਹਰਲੇ ਮੁਲਕਾਂ 'ਚ ਬੈਠੇ ਆ, ਤੁਸੀਂ ਬਾਹਰਲੇ ਮੁਲਕਾਂ 'ਚ ਕਿਉਂ ਜਾਂਦੇ ਆ? ਫਿਰ ਉਹਦਾ ਲੌਜਿਕ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਹਾਂ ਮਜ਼ਦੂਰੀ ਕਰਨ ਨਿੱਜੀ ਤੌਰ 'ਤੇ ਇੰਡੀਵਿਜੁਅਲੀ। ਜਦੋਂ ਇੱਕ ਧਿਰ ਦੇ ਪਿੱਛੇ ਸਟੇਟ ਦੀ ਪਾਵਰ ਹੈ ਅਤੇ ਸਟੇਟ ਲਿਆ ਲਿਆ ਕੇ ਆਪਣੀਆਂ ਨੀਤੀਆਂ ਇਸ ਹਿਸਾਬ ਦੀਆਂ ਬਣਾ ਰਹੀ ਹੈ, ਮਾਹੌਲ ਇਸ ਹਿਸਾਬ ਦਾ ਬਣਾ ਰਹੀ ਹੈ ਕਿ ਸਟੇਟ ਲਿਆ ਲਿਆ ਕੇ ਉਹਨਾਂ ਨੂੰ ਸਥਾਪਿਤ ਕਰ ਰਹੀ ਹੈ, ਫਿਰ ਉਹ ਵੋਟਿੰਗ ਦੇ ਰਾਈਟ ਲੈ ਰਹੇ ਹੈ, ਪਾਪੂਲੇਸ਼ਨ ਦਾ ਜਿਹੜਾ ਡਿਫਰੈਂਸ ਹੈ ਉਹ ਬਦਲ ਰਿਹਾ, ਜਿਹੜਾ ਕਲਚਰਲ ਲੈਂਡਸਕੇਪ ਹੈ ਪੰਜਾਬ ਦਾ ਉਹਨੂੰ ਟਰਾਂਸਫਾਰਮ ਕੀਤਾ ਜਾ ਰਿਹਾ। ਸੋ ਸੈਟਲਰ ਕਲੋਨੀਅਲਿਜ਼ਮ ਇਹਦਾ ਇੱਕ ਵੱਡਾ ਪ੍ਰਭਾਵ ਹੈ ਜਿਹੜਾ ਨਾਲ ਨਾਲ ਚੱਲ ਰਿਹਾ। ਆਰਥਿਕਤਾ ਜਿਹੜੀ ਪਿਛਲੇ ਦਹਾਕਿਆਂ 'ਚ ਤਬਾਹ ਹੋ ਗਈ ਪਾਣੀ ਖੋਣ ਕਰਕੇ, ਫਸਲਾਂ ਦੇ ਭਾਅ ਘੱਟ ਮਿਲਣ ਕਰਕੇ ਲਗਾਤਾਰ, ਅਤੇ ਪ੍ਰੋਪਰ ਟੈਕਨੋਲੋਜੀ ਨਾ ਇੰਟਰੋਡਿਊਸ ਕਰਾਈ ਹੋਣ ਕਰਕੇ, ਉਹ ਆਰਥਿਕਤਾ ਤਾਂ ਰੀਬਿਲਡ ਹੋ ਨਹੀਂ ਸਕਦੀ। ਤੁਸੀਂ ਕਹਿੰਦੇ ਫਿਊਚਰ ਫਿਊਚਰ ਮਹਾਰਾਜ ਕਰੇ ਮੈਂ ਗਲਤ ਹੋਵਾਂ, ਪਰ ਜੋ ਮੈਨੂੰ ਦੱਸਦਾ ਮੈਂ ਇਮਾਨਦਾਰੀ ਨਾਲ ਕਹਿ ਰਿਹਾ, ਫਿਊਚਰ ਇਹ ਹੈ ਕਿ ਪੰਜਾਬ 'ਚ ਕਾਲ ਪੈਣਾ, ਪੰਜਾਬ ਬੰਜਰ ਹੋਣ ਵੱਲ ਨੂੰ ਵੱਧ ਰਿਹਾ, ਅਸੀਂ ਨਸਲ ਕੁਸ਼ੀ ਰੋ ਰਹੇ ਹਾਂ, ਪੰਜਾਬ 'ਚ ਕਾਲ ਪੈ ਗਿਆ ਤੇ ਦੇਖੋ ਕੀ ਹੋਊਗਾ, ਲੱਖਾਂ ਲੋਕ ਰਾਤੇ ਰਾਤ ਮਰਨਗੇ, ਇਸ ਮਾਰ ਦੀ ਭੰਨੀ ਕੌਮ ਕਿਵੇਂ ਉੱਠੂਗੀ, ਕਦੋਂ ਉੱਠੂਗੀ? ਇਹ ਸਾਰੇ ਪੁਰਾਣੇ ਪ੍ਰੋਸੈਸ ਰਿਪੀਟ ਹੋ ਰਹੇ ਆ। ਅੰਗਰੇਜ਼ ਜਿੱਥੇ ਜਾਂਦੇ ਸੀ ਉੱਥੇ ਪਹਿਲਾਂ ਕਾਲ ਪੈਂਦੇ ਸੀ, ਫੂਡ ਸਾਰਾ ਇਹ ਖੋਹ ਕੇ ਲੋਕਾਂ ਤੋਂ ਆਪਣੀਆਂ ਫੌਜਾਂ ਨੂੰ ਭੇਜ ਦਿੰਦੇ ਸੀ, ਲੋਕ ਭੁੱਖੇ ਮਰ ਜਾਂਦੇ, ਫਿਰ ਪਲੇਗ ਆਉਂਦੀ ਸੀ। ਇਸੇ ਕਰਕੇ ਲੋਕਾਂ ਤੋਂ ਅੰਗਰੇਜ਼ਾਂ ਦੇ ਖਿਲਾਫ਼ ਉਵੇਂ ਲੜਾਈ ਨਹੀਂ ਦਿੱਤੀ ਗਈ, ਕਾਲ ਅਤੇ ਪਲੇਗ ਲੋਕਾਂ ਨੂੰ ਭੰਡ ਦਿੰਦੇ ਸੀ। 18ਵੀਂ ਸਦੀ ਦੇ ਅਖੀਰ ਤੋਂ ਲੈ ਕੇ 1942 ਤੱਕ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਦੀਆਂ ਪਾਲਿਸੀਆਂ ਨਾਲ ਜਿਹੜੇ ਕਾਲ ਪਏ ਆ, 52 ਮਿਲੀਅਨ ਮੌਤਾਂ ਹੋਈਆਂ ਉਹਨਾਂ ਨਾਲ, 52 ਮਿਲੀਅਨ ਬੰਦੇ ਮਰੇ ਆ, ਤੇ 150 ਸਾਲ ਤੋਂ ਥੋੜ੍ਹਾ ਜਿਹਾ ਜ਼ਿਆਦਾ, 125 ਸਾਲ ਵੱਧ ਤੋਂ ਵੱਧ ਟਾਈਮ ਪੀਰੀਅਡ ਬਣਦਾ, 125 ਸਾਲ ਦੇ ਵਿੱਚ 52 ਮਿਲੀਅਨ ਲੋਕਾਂ ਦਾ ਇੱਕ ਇੰਨੇ ਕੁ ਏਰੀਏ 'ਚ ਮਰ ਜਾਣਾ, ਇਹ ਬਹੁਤ ਵੱਡੀ ਗੱਲ ਆ। ਉਹੀ ਪ੍ਰੋਸੈਸ ਰਿਪੀਟ ਹੋ ਰਹੇ ਆ, ਨਾਮ ਨਾਲ ਬਿਮਾਰੀਆਂ ਫੈਲ ਰਹੀਆਂ ਪੰਜਾਬ ਦੇ ਵਿੱਚ, ਨਸ਼ੇਖੋਰੀ ਫੈਲ ਰਹੀ ਹੈ, ਅੱਗੇ ਕਾਲ ਆ ਰਿਹਾ, ਕੋਈ ਪੰਜਾਬ ਦਾ ਖਸਮ ਕਸਾਈ ਨਹੀਂ, ਕੋਈ ਵਾਲੀ ਵਾਰਸ ਨਹੀਂ, ਬਾਦਲਾਂ ਦਾ ਦਿਮਾਗ ਫਿਰ ਗਿਆ, ਇਹਨਾਂ ਨੂੰ ਪਤਾ ਨਹੀਂ ਇਹਨਾਂ ਦਾ ਢਿੱਡ ਕਿੱਡਾ ਵੱਡਾ ਹੈ, ਪਤਾ ਨਹੀਂ ਇਹਨਾਂ ਨੇ ਕਿੰਨਾ ਲੁੱਟਣਾ, ਪਤਾ ਨਹੀਂ ਇਹਨਾਂ ਨੇ ਕਿੱਥੇ ਲੈ ਕੇ ਜਾਣਾ ਇਹਨਾਂ ਲੁੱਟ ਕੇ। ਕੋਈ ਖਸਮ ਕਸਾਈ ਰਿਹਾ ਹੀ ਨਹੀਂ ਪੰਜਾਬ ਦਾ, ਕੋਈ ਗੱਲ ਕਰਨ ਵਾਲੇ ਨਹੀਂ ਰਿਹਾ ਪੰਜਾਬ ਦੀ। ਸੋ ਜਿੱਧਰ ਨੂੰ ਗੱਲ ਜਾ ਰਹੀ ਹੈ ਉੱਤੋਂ ਚੇਤੰਨ ਹੋਣ ਦੀ ਲੋੜ ਆ। ਦੂਜਾ ਹਿੱਸਾ ਤੁਹਾਡੇ ਸਵਾਲ ਦਾ ਸੀ ਕਿ ਸਕੋਪ ਕੀ ਹੈ ਇਸ ਵੇਲੇ। ਸਕੋਪ ਇਹ ਹੈ ਭਾਈ ਸਾਹਿਬ, ਸੋਸ਼ਲ ਮੀਡੀਆ ਨਾਲ ਅਤੇ ਕੁਛ ਹੋਰ ਕਾਰਨਾਂ ਕਰਕੇ ਲੋਕਾਂ ਨੇ, ਕਾਂਗਰਸ ਦੀਆਂ ਸਰਕਾਰਾਂ ਵੀ ਵੇਖ ਲਈਆਂ 1992 ਤੋਂ ਬਾਅਦ, ਲੋਕਾਂ ਨੇ ਅਕਾਲੀ ਸਰਕਾਰਾਂ ਵੀ ਵੇਖ ਲਈਆਂ, ਲੋਕਾਂ ਦੇ ਭੁਲੇਖੇ ਨਿਕਲ ਗਏ। 92 ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਜੋ ਪੰਜਾਬ ਦੇ ਜੁਝਾਰੂ ਸਿੰਘਾਂ ਲਈ ਦੇ ਖਿਲਾਫ ਇੰਡੀਅਨ ਮੀਡੀਆ ਨੇ, ਇੰਡੀਅਨ ਸਟੇਟ ਨੇ ਕੂੜ ਪ੍ਰਚਾਰ ਕੀਤਾ ਸੀ, ਉਹ ਪ੍ਰਚਾਰ ਆਪਣਾ ਵੇਲਾ ਵਿਆ ਚੁੱਕਾ, ਉਹ ਛਣ ਗਿਆ, ਉਹ ਸਮੇਂ ਦੀ ਧੂੜ ਦੇ ਨਾਲ ਹੀ ਬਹਿ ਗਿਆ, ਅਤੇ ਜਿਹੜਾ ਜੁਝਾਰੂ ਦਾ ਇਮੇਜ ਹੈ ਉਹ ਇਤਿਹਾਸ ਦੇ ਵਿੱਚੋਂ ਨਿਖਰ ਕੇ, ਲਿਸ਼ਕ ਕੇ ਪੰਜਾਬ ਦੇ ਨਾਇਕ ਦੇ ਤੌਰ 'ਤੇ ਉਹ ਦੁਬਾਰਾ ਸਥਾਪਿਤ ਹੋ ਗਿਆ। ਪੰਜਾਬ ਦਾ ਨੌਜਵਾਨ ਜਿਹੜਾ ਉਹਦੇ 'ਚ ਚੇਤਨਤਾ ਆ ਚੁੱਕੀ ਹੈ, ਉਹ ਖੜ੍ਹੇ ਹੋ ਚੁੱਕੇ ਆ, ਲੀਡਰਸ਼ਿਪ ਲਗਭਗ ਕੋਈ ਐਗਜ਼ਿਸਟ ਨਹੀਂ ਕਰਦੀ ਪੰਜਾਬ ਦੇ ਵਿੱਚ, ਕੋਈ ਜਥੇਬੰਦਕ ਢਾਂਚੇ ਜਿਹੜੇ ਆ ਨੌਜਵਾਨਾਂ ਨੂੰ ਸੇਧ ਦੇਣ ਨੂੰ ਉਹ ਵੀ ਐਗਜ਼ਿਸਟ ਨਹੀਂ ਕਰਦੇ। ਸੋ ਇਸ ਵੇਲੇ ਜਿਹੜਾ
ਮੇਨ ਕੰਮ ਕਰਨ ਵਾਲਾ ਹੈ ਉਹ ਥੋੜ੍ਹਾ ਜਿਹਾ ਲੌਂਗ ਟਰਮ ਰੱਖ ਕੇ ਸਿੱਖਾਂ ਨੂੰ ਆਪਣੀ ਨੀਤੀ ਬਣਾਉਣੀ ਚਾਹੀਦੀ ਹੈ। ਉਹ ਇਹ ਹੈ ਕਿ ਜਿਹੜਾ ਵਿਚਾਰਾਂ ਦਾ ਪ੍ਰਵਾਹ ਹੈ ਨੌਜਵਾਨਾਂ ਦੇ ਵਿੱਚ ਉਹ ਹੋਰ ਤਿੱਖਾ ਹੋਣਾ ਚਾਹੀਦਾ, ਉਹਦੇ ਹੋਰ ਜਿਹੜੇ ਸਾਧਨ ਹੈ ਉਹ ਸਾਨੂੰ ਸੋਚਣੇ ਚਾਹੀਦੇ ਹੈ। ਸੋ ਜਿਹੜੇ ਆਈਡੀਆਜ਼ ਆ ਉਹ ਕੰਸੋਲੀਡੇਟ ਕਰਨ ਦੀ ਲੋੜ ਆ, ਵਿਚਾਰਾਂ ਨੂੰ ਪੱਕਿਆਂ ਸਥਾਪਿਤ ਕਰਨ ਦੀ ਲੋੜ ਆ ਪੰਜਾਬ ਦੀ ਧਰਤੀ ਦੇ ਉੱਤੇ, ਪੰਜਾਬ ਦੇ ਨੌਜਵਾਨਾਂ ਦੇ ਵਿੱਚ। ਸੋ ਜਦੋਂ ਵਿਚਾਰਾਂ ਦੀ ਲਹਿਰ ਜਿਹੜੀ ਗਿਣਤੀ ਦੇ ਕੁਛ ਬੰਦਿਆਂ 'ਤੇ 200, 400, 500, 1000 ਬੰਦਾ, ਉਹਨਾਂ 'ਚ ਇੱਕ ਵਿਚਾਰ ਦੀ ਮੂਵਮੈਂਟ ਜਿਹੜੀ ਹੈ ਉਹ ਚੱਲੇ, ਹੌਲੀ ਹੌਲੀ ਆਲੇ ਦੁਆਲੇ ਉਹ ਮੂਵਮੈਂਟ ਜਿਹੜੀ ਹੈ ਫੈਲੇ ਅਤੇ ਨੈੱਟਵਰਕ ਜਿਹੜੇ ਉਹ 'ਚੋਂ ਆਪਣੇ ਆਪ ਨਿਕਲਣਗੇ। ਪਰ ਇਸ ਵੇਲੇ ਇੰਟਲੈਕਚੁਅਲੀ ਇੰਪਾਵਰ ਕਰਨ ਦੀ, ਬੌਧਿਕ ਪੱਖੋਂ ਟਕੜਿਆਂ ਕਰਨ ਦੀ ਲੋੜ ਆ ਕਮਿਊਨਿਟੀ ਨੂੰ, ਸਾਰੇ ਮੁੱਦਿਆਂ ਬਾਰੇ ਚੇਤੰਨ ਕਰਨ ਦੀ ਲੋੜ ਆ, ਇੰਡੀਅਨ ਸਟੇਟ ਦੀਆਂ ਪੋਲਿਸੀਜ਼ ਸਾਡੇ ਖਿਲਾਫ਼ ਕੀ ਹੈ, ਕਿਸ ਕਿਸਮ ਦੀ ਤਬਾਹੀ ਸਾਡੇ ਸਾਹਮਣੇ ਆ ਰਹੀ ਹੈ, ਕਿੱਧਰ ਨੂੰ ਸਾਨੂੰ ਧੱਕਿਆ ਜਾ ਰਿਹਾ, ਅਤੇ ਕਿਵੇਂ, ਮਤਲਬ ਕੋਈ ਵੀ ਰੋਕਣ ਵਾਲਾ ਨਹੀਂ। ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਆ ਕੋਈ ਪਰਵਾਹ ਨਹੀਂ ਕਰਦੀ, ਉਹਨਾਂ ਦੇ ਵਪਾਰਕ ਹਿੱਤ ਹਿੰਦੁਸਤਾਨ ਨਾਲ ਜੁੜੇ ਹੋਏ ਆ। ਜੇ ਸਿੱਖਾਂ ਦਾ ਵੱਡਾ ਘਾਣ ਇੰਡੀਅਨ ਸਟੇਟ ਕਰ ਵੀ ਦਿੰਦੀ ਹੈ, ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਆ ਉਹਨਾਂ ਨੇ ਕੋਈ ਬਹੁਤਾ ਧਿਆਨ ਧੂਨ ਨਹੀਂ ਦੇਣਾ। ਸਿੱਖਾਂ ਦੀ ਕੋਈ ਪਾਵਰਫੁੱਲ ਲੌਬੀ ਜਿਹੜੀ ਹੈ ਨਹੀਂ, ਜਿਹੜੇ ਵਿਦੇਸੀ ਸਿੱਖ ਆਗੂ ਆ ਉਹ ਵੀ ਐਕਟੀਵਿਟੀਜ਼ ਉਸ ਤਰ੍ਹਾਂ ਦੀਆਂ ਕਰਦੇ ਆ ਜਿਨ੍ਹਾਂ ਨਾਲ ਸਿਰਫ ਕੌਮ ਨੂੰ ਵਿਖਾਇਆ ਜਾ ਸਕੇ ਵੀ ਅਸੀਂ ਹੈਗੇ ਹਾਂ, ਅਸੀਂ ਲੀਡਰ ਹਾਂ, ਅਸੀਂ ਕੁਛ ਨਾ ਕੁਛ ਕਰ ਰਹੇ ਹਾਂ। ਕੋਈ ਮੀਨਿੰਗਫੁੱਲ ਐਕਟੀਵਿਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਕੋਈ ਠੋਸ ਜਿਹੜੀ ਪ੍ਰੋਗਰਾਮ ਆ ਸਿੱਖਾਂ ਨੂੰ, ਕੋਈ ਠੋਸ ਐਕਟੀਵਿਟੀ ਉਹ ਦਿੱਤੀ ਨਹੀਂ। ਸੋ ਇਹਨਾਂ ਲੀਹਾਂ 'ਤੇ ਸੋਚਣ ਦੀ ਲੋੜ ਆ, ਜਿਹੜੀ ਸਿੱਧੀ ਸਿਆਸੀ ਰਿਜ਼ਲਟਾਂ ਵੱਲ ਨਹੀਂ ਜਾਣਾ ਚਾਹੀਦਾ। ਕੌਮ ਦੇ ਨੌਜਵਾਨਾਂ ਨੂੰ ਬੌਧਿਕ ਤੌਰ 'ਤੇ ਪਰਪੱਖ ਕਰਨ ਦੀ, ਵਧੇਰੇ ਸਪੱਸ਼ਟ ਕਰਨ ਦੀ ਲੋੜ ਆ। ਜੇ 2-4 ਹਜ਼ਾਰ ਬੰਦਾ ਵੀ ਪੈਦਾ ਹੋਵੇ ਫਿਰ ਉਹ ਬਾਕੀ ਸਾਰੀ ਕੌਮ ਨੂੰ ਜਿਹੜੇ ਉਹ ਵਲੰਟੀਅਰ ਆ ਉਹ ਚੇਤੰਨ ਕਰਨ ਲਈ ਅੱਗੇ ਆ ਜਾਂਦੇ ਆ, ਔਰ ਜਥੇਬੰਦਕ ਢਾਂਚੇ ਨਿਕਲ ਆਉਂਦੇ ਆ, ਸਿਆਸੀ ਪਾਰਟੀਆਂ ਬਣਦੀਆਂ, ਫਿਰ ਉਹਦੇ 'ਚੋਂ ਕੋਈ ਸੰਘਰਸ਼ ਦੀ ਰੂਪ ਰੇਖਾ ਵੀ ਵਿਉਂਤੀ ਜਾ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ ਵੀਰ ਪ੍ਰਭਸ਼ਰਨਦੀਪ ਸਿੰਘ ਜੀ। ਅਸੀਂ ਜਿਹੜੇ ਵੱਲੋਂ, ਜਿਹੜਾ ਤੁਹਾਡੇ ਵੱਲੋਂ ਇਹ ਸੱਦਾ ਦਿੱਤਾ ਗਿਆ ਵਾ ਬੌਧਿਕ ਚੇਤਨਤਾ ਦਾ, ਨੌਜਵਾਨਾਂ ਦੇ ਵਿੱਚ ਜਾਣੀ ਕਿ ਸੱਦਾ ਦੇਣ ਦਾ, ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਮੀਡੀਆ ਰਾਹੀਂ ਸਾਡੇ ਜਿਹੜੇ ਨੌਜਵਾਨ ਵੀਰ ਨੇ ਉਹਨਾਂ ਨੂੰ ਇਹ ਸੱਦਾ ਦਿੱਤਾ ਜਾਵੇ। ਤੁਹਾਡੀ ਵਿਚਾਰਧਾਰਾ ਦੇ ਬਾਰੇ 'ਚ ਜੋ ਵੀ ਸਵਾਲ ਜਵਾਬ ਜਾਂ ਜੋ ਵੀ ਕੁਐਸਚਨ ਸਾਡੇ ਵੀਰਾਂ ਵੱਲੋਂ ਈਮੇਲਾਂ ਰਾਹੀਂ, ਫੋਨ ਕਾਲਾਂ ਰਾਹੀਂ ਜਾਂ ਮੈਸੇਜ ਰਾਹੀਂ ਸੋਸ਼ਲ ਮੀਡੀਆ ਰਾਹੀਂ ਭੇਜੇ ਜਾਣਗੇ, ਉਹਨਾਂ ਨੂੰ ਲੈ ਕੇ ਤੁਹਾਡੇ ਸਨਮੁੱਖ ਮੈਂ ਦੁਬਾਰਾ ਜਾਣੀ ਕਿ ਹੋਣ ਦਾ ਯਤਨ ਕਰਾਂਗਾ, ਤਾਂ ਕਿ ਜਿਹੜੀ ਇਹ ਚਰਚਾ ਵਾ, ਜਿਹੜਾ ਵਿਚਾਰ ਆ, ਇਹਨੂੰ ਹੋਰ ਜ਼ਿਆਦਾ ਸਾਡੇ ਜਿਹੜੇ ਵੀਰ ਨੇ, ਸਾਡੇ ਸਰੋਤੇ ਨੇ, ਸਾਡੇ ਭੈਣ ਭਰਾ ਨੇ, ਉਹਨਾਂ ਦੇ ਵਿੱਚ ਲਿਜਾਇਆ ਜਾ ਸਕੇ। ਅਖੀਰ ਦੇ ਵਿੱਚ ਮੈਂ ਚਾਹੂੰਗਾ ਕਿ ਜੇ ਤੁਸੀਂ ਕੋਈ ਅਪੀਲ ਜਾਂ ਸਾਡੇ ਸਰੋਤਿਆਂ ਨੂੰ ਕੋਈ ਸੱਦਾ ਦੇਣਾ ਚਾਹੁੰਦੇ ਹੋ, ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਉਹ ਜ਼ਰੂਰ ਦਿਓ। ਮੈਂ ਪਰ ਜੋ ਵੀ ਉਹਨਾਂ ਵੱਲੋਂ ਆਊਗਾ ਜਵਾਬ ਜਾਂ ਉਹਨਾਂ ਦੇ ਸਵਾਲ ਆਉਣਗੇ, ਉਹਨਾਂ ਉਹ ਕੋਈ ਜਾਣਨਾ ਚਾਹੁੰਣਗੇ ਹੋਰ ਕਿਸੇ ਵਿਸ਼ੇ ਬਾਰੇ, ਉਹ ਲੈ ਕੇ ਤੁਹਾਡੇ ਨਾਲ ਜ਼ਰੂਰ ਜਾਣੀ ਕਿ ਜਲਦੀ ਫਿਰ ਸੰਪਰਕ ਕਰੂੰਗਾ। ਪਰ ਜਾਣ ਤੋਂ ਪਹਿਲਾਂ, ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਕੋਈ ਸੰਖੇਪ ਦੇ ਵਿੱਚ ਕੋਈ ਖਾਸ ਸੱਦਾ ਜਾਂ ਮੈਸੇਜ ਸਾਡੇ ਸਰੋਤਿਆਂ ਲਈ ਦੇਣਾ ਚਾਹੁੰਦੇ ਹੋ। ਪਹਿਲਾਂ ਤਾਂ ਬਹੁਤ ਮਿਹਰਬਾਨੀ ਸਰਵਰਿੰਦਰ ਸਿੰਘ ਜੀ, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ। ਤੁਸੀਂ ਬੜੀ ਮਿਹਨਤ ਨਾਲ, ਬੜੇ ਸੋਹਣੇ ਤਰੀਕੇ ਨਾਲ, ਸੁਚੱਜੇ ਤਰੀਕੇ ਨਾਲ ਇਹ ਜਿਹੜਾ ਕੌਮੀ ਆਵਾਜ਼ ਰੇਡੀਓ ਚਲਾ ਰਹੇ ਹਾਂ, ਇਸ ਤਰ੍ਹਾਂ ਦੇ ਅਦਾਰੇ ਹੋਰ ਵੀ ਸਿੱਖਾਂ ਦੇ ਉੱਭਰ ਕੇ ਸਾਹਮਣੇ ਆਉਣ, ਜਿਹੜੇ ਹੈਗੇ ਆ ਹੋਰ ਮਜ਼ਬੂਤ ਹੋਣ। ਦੂਜਾ, ਜਿਹੜੇ ਸਰੋਤਿਆਂ ਦੇ ਸਵਾਲ ਆ ਜਾਂ ਟਿੱਪਣੀਆਂ, ਮੈਂ ਉਹਨਾਂ ਦਾ ਸਵਾਗਤ ਕਰਦਾ ਅਤੇ ਇੰਤਜ਼ਾਰ ਕਰੂੰਗਾ ਅਤੇ ਜ਼ਰੂਰ ਚਾਹੂੰਗਾ ਕਿ ਦੁਬਾਰਾ ਆ ਕੇ ਫਿਰ ਗੱਲਬਾਤ ਕਰਾਂ। ਤੀਜਾ ਜਿਹੜਾ ਸੁਨੇਹਾ ਮੈਂ ਦੇਣਾ ਚਾਹੁੰਦਾ ਉਹ ਇਹ ਹੈ ਕਿ ਜਦੋਂ ਕੋਈ ਕੌਮ ਆਜ਼ਾਦੀ ਲਈ ਲੜਦੀ ਹੈ ਉਦੋਂ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਜਿਹੜੀ ਧਿਰ ਨਾਲ ਅਸੀਂ ਲੜ ਰਹੇ ਹਾਂ ਉਹ ਕਿੰਨੀ ਤਕੜੀ ਹੈ, ਉਹਦੀ ਤਾਕਤ ਦੀ ਮਾੜੀ ਮੋੜ ਵੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਜਿਹੜੇ ਸਾਮਰਾਜ ਇਤਿਹਾਸ ਦੇ ਵਿੱਚ ਪੈਦਾ ਹੁੰਦੇ ਆ ਉਹਨਾਂ ਬਾਰੇ ਸਿਰਫ ਤੇ ਸਿਰਫ ਇੱਕੋ ਹੀ ਗੱਲ ਸੱਚੀ ਹੈ ਕਿ ਉਹਨਾਂ ਦੀ ਇੱਕ ਉਮਰ ਹੁੰਦੀ ਆ,
ਆਪਣੀ ਔਹਦ ਪੁਗਾ ਕੇ ਜਿਹੜੇ ਸਾਮਰਾਜ ਹੈ ਉਹ ਢਹਿ ਜਾਂਦੇ ਆ। ਸੋ ਸਾਰੇ ਸਾਮਰਾਜਾਂ ਦੀ, ਤਾਕਤਵਰ ਸਾਮਰਾਜਾਂ ਦੀ ਸਾਂਝੀ ਗੱਲ ਇੱਕ ਹੈ ਕਿ ਉਹ ਇੱਕ ਨਾ ਇੱਕ ਦਿਨ ਢਹਿ ਜਾਂਦੇ ਆ। ਜਿਹੜਾ ਹਿੰਦੁਸਤਾਨ ਹੈ ਇਹਦਾ ਢਾਂਚਾ ਬਹੁਤ ਗਲਿਆ ਸੜਿਆ, 1.25 ਬਿਲੀਅਨ ਦੇ ਨੇੜੇ ਲੋਕ ਆ, ਉਹਦੇ ਚੋਂ ਬਹੁਤੀ ਜਿਹੜੀ ਜਨਤਾ ਉਹ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੀ ਹੈ, ਬਿਮਾਰੀਆਂ ਨਾਲ ਮਰ ਰਹੇ ਹੈ, ਨਿਰਾਸ਼ਾਵਾਂ, ਬਹੁਤ ਸਾਰੀਆਂ ਧਿਰਾਂ ਭਾਰਤੀ ਹਕੂਮਤ ਦੇ ਖਿਲਾਫ ਲੜ ਵੀ ਰਹੀਆਂ। ਜਿਹੜੀ ਇੰਡੀਅਨ ਸਟੇਟ ਸਰਵਾਈਵ ਕਰ ਰਹੀ ਹੈ ਇਹ ਇੱਕ ਭੁਲੇਖ ਹੈ, ਇੱਕ ਛਲਾਵਾ, ਇਹ ਕੋਈ ਹਕੀਕਤ ਨਹੀਂ। ਇਹ ਤਾਂ ਆਕਸੀਜਨ 'ਤੇ ਚੱਲ ਰਹੀ ਹੈ। ਇੰਡੀਅਨ ਮਨਮੋਹਨ ਸਿੰਘ ਵੱਲੋਂ ਕੀਤੇ ਸੁਧਾਰਾਂ ਤੋਂ ਬਾਅਦ ਜਿਹੜੀ ਇੰਡੀਆ ਦੀ ਆਰਥਿਕਤਾ ਉੱਤੇ ਪੱਛਮੀ ਤਾਕਤਾਂ ਪਹਿਲਾਂ ਹੀ ਗਲਬਾ ਪਾ ਚੁੱਕੀਆਂ। ਸੋ ਇੰਡੀਆ ਦਾ ਫਿਊਚਰ ਕੋਈ ਚੰਗਾ ਨਹੀਂ ਜਿਹੜਾ ਕਿਸੇ ਤਾਕਤ ਤੋਂ ਉਹਨੂੰ ਜ਼ਿਆਦਾ ਸਟੇਟ ਦੀ ਪਾਵਰ ਨੂੰ ਵਧਾ ਚੜਾ ਕੇ ਵੇਖਣਾ, ਉਹਦੇ ਨਾਲ ਕੌਮਾਂ ਖਾਮ ਖਾ ਕਮਜ਼ੋਰ ਹੁੰਦੀਆਂ। ਕੌਮ ਨੂੰ ਆਪਣਾ ਪੋਟੈਂਸ਼ੀਅਲ ਵੇਖਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਹਿੰਦੁਸਤਾਨ ਦੀ ਫੌਜ ਜਿਹੜੀ ਹੈ ਪੈਰਾਮਿਲਟਰੀ ਫੋਰਸਿਸ ਰਲਾ ਕੇ 15 ਲੱਖ ਨਹੀਂ ਬਣਦੀ। ਪੰਜਾਬ ਦੇ ਵਿੱਚ 20-25 ਲੱਖ ਸਿੱਖ ਨੌਜਵਾਨ ਬੇਰੁਜ਼ਗਾਰ ਤੁਰਿਆ ਫਿਰਦਾ, 20-25 ਲੱਖ ਬੰਦਾ ਸੜਕਾਂ 'ਤੇ ਨਿਕਲਿਆ ਵੇ, ਸਾਰਾ ਕੁਛ ਜਾਮ ਹੋ ਜਾਊਗਾ, ਐਡੀ ਵੱਡੀ ਸਿਵਲ ਡਿਸਓਬੀਡੀਅੰਸ ਹੋ ਸਕਦੀ ਹੈ, ਸਟੇਟ ਕਰ ਹੀ ਕੁਛ ਨਹੀਂ ਸਕਦੀ। ਸੋ ਸਾਡੇ ਕੋਲ ਜਿਹੜਾ ਪੋਟੈਂਸ਼ੀਅਲ ਆ ਉਹ ਬਹੁਤ ਜ਼ਿਆਦਾ ਤਕੜਾ। ਇੰਡੀਅਨ ਸਟੇਟ ਦੀ ਜਿਹੜੀ ਪੋਜੀਸ਼ਨ ਹੈ ਉਹ ਉਈ ਉਹਨਾਂ ਨੇ ਇੱਕ ਭੈ ਬਣਾਇਆ ਹੋਇਆ, ਪਰ ਇੰਡੀਅਨ ਸਟੇਟ ਬੜੀ ਕ੍ਰਿਟੀਕਲ ਪੋਜੀਸ਼ਨ ਦੇ ਵਿੱਚੋਂ ਲੰਘ ਰਹੀ ਹੈ। ਇੰਡੀਅਨ ਸਟੇਟ ਦਾ ਲੰਮੇ ਸਮੇਂ ਲਈ ਸਰਵਾਈਵ ਕਰਨਾ ਐਕਚੁਅਲੀ ਮੁਸ਼ਕਲ ਹੈ। ਸੋ ਜਿਹੜਾ ਫਿਊਚਰ ਹੈ ਉਹ ਸਿੱਖਾਂ ਦੇ ਕੋਲ ਹੈਗਾ। ਸਿੱਖਾਂ ਨੂੰ ਤਕੜੇ ਹੋ ਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵਰਗੇ ਜਿਹੜੇ ਸੰਤ ਸਿਪਾਹੀ ਹੈ, ਪੁਰਾਣਾ ਇਤਿਹਾਸ ਨੂੰ ਯਾਦ ਕਰਕੇ ਸਿੱਖਾਂ ਨੂੰ ਖੜਨ ਦੀ ਜਾਚ ਸਿੱਖਣੀ ਚਾਹੀਦੀ ਹੈ। ਜੇ ਕੋਈ ਸੋਚਣੀ ਵਿਚਾਰਨੀ ਹੈ ਗੱਲ ਤਾਂ ਸਿਰਫ ਇਹੀ ਸੋਚਣੀ ਵਿਚਾਰਨੀ ਹੈ ਕਿ ਲੜਨਾ ਕਿਵੇਂ ਹੈ। ਲੜਾਈ ਸਫਿਸਟੀਕੇਟਡ ਹੈ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ, ਬੌਧਿਕ ਪੱਖ ਬਹੁਤ ਮਹੱਤਵਪੂਰਨ ਹੈ। ਬੌਧਿਕ ਫਰੰਟ ਮੇਨ ਫਰੰਟ ਹੈ ਲੜਾਈ ਦਾ, ਸਾਡੇ ਵੱਲੋਂ ਅਜੇ ਤੱਕ ਖਾਲੀ ਹੈ। ਜਿਹੜੇ ਸਾਡੇ ਬੁੱਧੀਜੀਵੀ ਆ ਉਹ ਜਿਹੜੇ ਕੌਮਾਂਤਰੀ ਸਟੈਂਡਰਡ ਹੈ, ਇੰਟਲੈਕਚੁਅਲ ਲੈਵਲ ਹੈ ਜਿਹੜੇ, ਉਹ ਉਸ ਲੈਵਲ 'ਤੇ ਨਹੀਂ ਆਉਂਦੇ। ਸਾਨੂੰ ਜਿਹੜੇ ਬੈਸਟ ਦੁਨੀਆ ਦੇ ਇੰਟਲੈਕਚੁਅਲ ਆ ਉਸ ਤਰ੍ਹਾਂ ਦੇ ਬੰਦੇ ਪੈਦਾ ਕਰਨ ਦੇ ਜਿਹੜੇ ਉਪਰਾਲੇ ਕਰਨੇ ਚਾਹੀਦੇ ਆ। ਅਤੇ ਅਕੀਦਾ ਇਹ ਰੱਖਣਾ ਚਾਹੀਦਾ ਕਿ ਜਿਹੜਾ ਇਹ ਪੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਜਿਹੜੀ ਸਿੱਖੀ ਦੀ ਨੀਂਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੱਖੀ ਹੈ, ਇਹ ਦੁਨਿਆਵੀ ਤਾਕਤਾਂ ਇਹ ਸਿੱਖੀ ਨੂੰ ਖਤਮ ਕਰਨ ਜੋਗੀਆਂ ਨਹੀਂ। ਤਾਕਤਾਂ ਆਉਂਦੀਆਂ ਰਹੀਆਂ, ਤਾਕਤਾਂ ਜਾਂਦੀਆਂ ਰਹੀਆਂ। ਦਮਨ ਜੋ ਸਾਡੇ 'ਤੇ ਹੋਇਆ ਉਹ ਕੋਈ ਏਡਾ ਵੱਡਾ ਵੀ ਨਹੀਂ ਹੋਇਆ ਕਿ ਅਸੀਂ ਐਵੇਂ ਕੌਮ ਨੂੰ ਤਬਾਹ ਕਰ ਦਈਏ। ਜਿਹੜਾ ਦਮਨ 18ਵੀਂ ਸਦੀ 'ਚ ਹੋਇਆ, ਜਿਹੜਾ ਅੰਗਰੇਜ਼ਾਂ ਵੇਲੇ ਹੋਇਆ, ਉਹ ਕੋਈ ਛੋਟਾ ਦਮਨ ਨਹੀਂ ਹੋਇਆ। ਜਿਹੜੀ ਗਿਣਤੀ 1992 ਤੱਕ ਲੜ ਕੇ ਸ਼ਹੀਦ ਹੋਏ ਨੌਜਵਾਨਾਂ ਦੀ ਹੈ, ਉਹਦੇ ਮੁਕਾਬਲੇ 1992 ਤੋਂ 2014 ਤੱਕ ਜਿਹੜੇ ਨਸ਼ਿਆਂ ਨਾਲ ਮਰੇ ਆ ਨੌਜਵਾਨ, ਉਹ ਗਿਣਤੀ ਬਹੁਤ ਜ਼ਿਆਦਾ ਵੱਡੀ ਹੈ। ਸੋ ਲੜੋ ਜਾਂ ਨਾ ਲੜੋ, ਨਸਲਕੁਸ਼ੀ ਤਾਂ ਜਾਰੀ ਰਹਿ ਰਹੀ ਹੈ। ਸੋ ਕੌਮ ਨੂੰ ਲੜਾਈ ਦੀ ਜਿਹੜੀ ਤਬਾਹੀ ਹੈ ਉਹਦੇ ਬਾਰੇ ਨਹੀਂ ਵੇਖਣਾ ਚਾਹੀਦਾ, ਨਾ ਸਟੇਟ ਦੀ ਤਾਕਤ ਬਾਰੇ ਵੇਖਣਾ ਚਾਹੀਦਾ, ਨਾ ਉਹਦੀਆਂ ਫੌਜਾਂ ਬਾਰੇ ਸੋਚਣਾ ਚਾਹੀਦਾ। ਸਿਰਫ ਇਹ ਸੋਚਣਾ ਚਾਹੀਦਾ ਕਿ ਇੰਪਾਇਰ ਜਿਹੜੇ ਆ ਉਹ ਤਾਸ਼ ਦੇ ਪੱਤਿਆਂ ਦੇ ਬਣੇ, ਰੇਤ ਦੇ ਥੰਮਾਂ ਦੇ ਖਣੇ ਮਹਿਲਾਂ ਵਰਗੇ ਹੁੰਦੇ ਆ, ਹਮੇਸ਼ਾ ਢਹਿੰਦੇ ਆ, ਢਹਿਣਗੇ। ਕੌਮਾਂ ਨੂੰ ਆਪਣੇ ਅੰਦਰਲਾ ਲੜਨ ਮਰਨ ਦਾ ਮਾਦਾ ਜਿਹੜਾ ਉਹ ਬਰਕਰਾਰ ਰੱਖਣਾ ਚਾਹੀਦਾ। ਸਿੱਖਾਂ ਨੂੰ ਮਹਾਰਾਜ ਦੀ ਬਾਣੀ ਨਾਲ ਜੁੜਨਾ ਚਾਹੀਦਾ, ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ, ਉੱਥੋਂ ਹੀ ਸਾਨੂੰ ਤਾਕਤ ਮਿਲਣੀ ਹੈ, ਉੱਥੋਂ ਹੀ ਅਸੀਂ ਦੁਬਾਰਾ ਨਿੱਤਰ ਕੇ ਆਉਣਾ, ਉੱਥੋਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਸਥਾਪਿਤ ਹੋਣਾ। ਇੰਨੀਆਂ ਬੇਨਤੀਆਂ ਕਰਦਾ ਕਿ ਮੈਂ ਰੱਜਾ ਚੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਵੀਰ ਜੀ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਬਾਰਾ ਫਿਰ ਤੁਹਾਡੇ ਜਲਦੀ ਹੀ ਸਨਮੁਖ ਹੋਵਾਂਗੇ, ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।